ਰਾਤ ਦਾ ਹਨੇਰਾ ਹੁੰਦੇ ਨੇ ਡੀਵੇ ਬਣ ਜਾਂਦੇ ਬਲ ਜਾਂਦੇ ਬਲਦੀ ਸੀ ਬਸ ਜਾਂ ਇਹ ਤਾਂ ਅਸੀਂ ਕਮੇਟੀ ਦੀਆਂ ਉਹ ਹੁੰਦੀ ਸੀ ਲਾਲਟਾ ਦਾ ਲੱਗੇ ਮਿੱਟੀਆਂ ਤੇਲਾਂ ਬਲਦੀਆਂ ਹੁੰਦੀਆਂ ਸੀ ਉਹ ਚੌਂਗਾਂ ਚਲਾਈਆਂ ਹੁੰਦੀਆਂ ਸੀ ਉਹ ਸ਼ਾਮ ਨੂੰ ਕਮੇਟੀ ਦਾ ਬੰਦਾ ਆ ਕੇ ਬਲ ਜਾਂਦਾ ਸੀ ਹਾਂ ਕਮੇਟੀ ਦਾ ਬੰਦਾ ਆ ਕੇ ਬਲਦਾ ਸੀ ਸਾਡੇ ਦਾਦੇ ਦਾ ਇੱਕ ਯਾਰ ਸੀਗਾ ਸਰਦਾਰ ਠਾਕੁਰ ਸਿੰਘ ਉਹ ਸੀ ਇਹ ਖੱਖਾ ਪਿੰਡ ਦਾ ਉਹ ਜਿਸਲੇ ਪਾਰਟੀ 'ਚ ਨਵਾਂ ਅੱਗ ਕਤਲ ਉਗਾਉਣਾ ਸ਼ੁਰੂ ਕੀਤਾ ਸਾਨੂੰ ਕੱਢ ਕੇ ਲੈ ਗਿਆ ਸੀ ਆਪਣੇ ਪਿੰਡ ਜਾ ਕੇ ਹਾਂ ਸਾਨੂੰ ਆਪਣੇ ਕੋਲ 8-10 ਦਿਨ ਰੱਖਿਆ ਉਸ ਤੋਂ ਬਾਅਦ ਫਿਰ ਸਾਨੂੰ ਕੈਂਪ ਛੱਡ ਗਿਆ ਮਿਲਣ ਗਿਲਣ ਤੋਂ ਹਟ ਕੇ ਮੈਨੂੰ ਲੱਗਦਾ ਬੜਾ ਨਸਲੀ ਬੰਦਾ ਸੀ ਹਾਂਜੀ ਅੱਛਾ ਬੰਦਾ ਸੀ ਜਿਹਨੇ ਉਸ ਭੈੜੇ ਵਕਤ ਦੇ ਵਿੱਚ ਵੀ ਸਾਡਾ ਸਾਥ ਦਿੱਤਾ ਜੀ ਸਾਥ ਦਿੱਤਾ ਮਜ਼ਲੂਮਾਂ ਦਾ ਔਰ ਜਿਹਨਾਂ ਦਾ ਕੋਈ ਆਸਰਾ ਨਹੀਂ ਸੀ ਔਰ ਅੱਜ ਵੇਖੋ 76 ਸਾਲਾਂ ਬਾਅਦ ਵੀ ਫੈਸਲਾਬਾਦ ਲੈਲਪੁਰ ਦੇ ਮੁਹੱਲੇ ਸਮਨਾਬਾਦ ਵਿੱਚ ਬੈਠੇ ਇੱਕ ਬਜ਼ੁਰਗ ਜਿਹੜੇ ਨੇ ਉਹਨੂੰ ਯਾਦ ਕਰ ਰਹੇ ਨੇ ਜੀ ਬਿਲਕੁਲ ਕਰ ਰਹੇ ਨੇ ਠੀਕ ਹੈ ਉਹਨੂੰ ਸਲਿਊਟ ਪੇਸ਼ ਕਰ ਰਹੇ ਨੇ ਉਹ ਇੱਕ ਬੰਦਾ ਉਹਦਾ ਆਇਆ ਖਾਸ ਕਹਿੰਦਾ ਠਾਕੁਰ ਸਿੰਘ ਇੱਥੋਂ ਆਪਣੀ ਹਵੇਲੀ 'ਚੋਂ ਮੁਸਲਮਾਨਾਂ ਨੂੰ ਪਹੁੰਚਾ ਦੇ ਰਹੀ ਅਤੇ ਮੁਸਲਮਾਨ ਸਾਰੇ ਕਤਲ ਹੋ ਜਾਣੇ ਆ ਅੱਛਾ ਇਹਨਾਂ 'ਤੇ ਮਨਸੂਬਾ ਬਣ ਗਿਆ ਇਹਨਾਂ ਨੂੰ ਕਤਲ ਕਰਨ ਦਾ ਜਾਂ ਠਾਕੁਰ ਸਿੰਘ ਨੂੰ ਵੀ ਕਤਲ ਕਰ ਦੇਣਾ ਕੋਈ ਸ਼ੈਲਟਰ ਨਹੀਂ ਕੋਈ ਪਨਾਹ ਨਹੀਂ ਕੋਈ ਕੈਂਪ ਨਹੀਂ ਕੋਈ ਤੰਬੂ ਨਹੀਂ ਪਹਿਲੇ ਤੰਬੂ ਲਾ ਲੈਂਦੇ ਸੀ ਆਪਣੇ ਗੁਜ਼ਰ ਵਾਸਤੇ ਕਰ ਲੈਂਦੇ ਸੀ ਅੱਛਾ ਲੇਕਿਨ ਅਤੇ ਗਲਾਂ ਦੇ ਕੱਪੜੇ ਸੀ ਉਹ ਵੀ ਗਲ ਗਏ ਸੀ ਅੱਛਾ ਬਸ ਉਸ ਤੋਂ ਬਾਅਦ ਫਿਰ ਉੱਥੇ ਵੀ ਸਾਡੇ 'ਤੇ ਹਮਲਾ ਹੋਇਆ ਓ ਹਾਂਜੀ ਮੇਰੇ ਅੱਬਾ ਜੀ ਉੱਥੇ ਸ਼ਹੀਦ ਹੋ ਗਏ ਇੱਕ ਤੁਹਾਡੇ ਵਾਲਦ ਸਾਹਿਬ ਵੀ ਸ਼ਹੀਦ ਹੋ ਗਏ ਹਾਂਜੀ ਫੁੱਫੀਆਂ ਸਾਡੀਆਂ ਸੀਗੀਆਂ ਉਦੋਂ ਉਹ ਸ਼ਹੀਦ ਹੋ ਗਈਆਂ ਚਾਚੇ ਸੀਗੇ ਉੱਥੇ ਬਹੁਤ ਬੰਦੇ ਸ਼ਹੀਦ ਹੋਏ ਪੈਦਲ ਜਾ ਰਹੇ ਅਸੀਂ ਸੜਕ 'ਤੇ ਓਏ ਉੱਠੋ ਬਸ ਬੈਠੋ ਕੋਈ ਖੁਰਾਕ ਕੋਈ ਪਾਣੀ ਕੋਈ ਸ਼ੈ ਭੁੱਖੇ ਦੋ ਦੋ ਤਿੰਨ ਤਿੰਨ ਦਿਨ ਦਰਖਤਾਂ ਦੇ ਪੱਤੇ ਤੱਕ ਖਾਂਦੇ ਲਓ ਜੀ ਅਸੀਂ ਇਸ ਵੇਲੇ ਬੈਠੇ ਹਾਂ ਸਮਨਾਬਾਦ ਫੈਸਲਾਬਾਦ ਵਿੱਚ ਔਰ ਇੱਥੇ ਇੱਕ ਹੋਰ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ 1947 ਦੇ ਹਾਲਾਤਾਂ ਨੂੰ 10 ਸਾਲ ਦੀ ਉਮਰ ਵਿੱਚ ਵੇਖਿਆ ਅਤੇ ਆਓ ਅਸੀਂ ਉਹਨਾਂ ਹਾਲਾਤਾਂ ਨੂੰ ਇਹਨਾਂ ਦੀ ਅੱਖਾਂ ਨਾਲ ਵੇਖੀਏ ਸਭ ਤੋਂ ਪਹਿਲੇ ਸਾਨੂੰ ਆਪਣਾ ਨਾਂ ਦੱਸੋ ਮੇਰਾ ਨਾਂ ਜੀ ਮੁਹੰਮਦ ਇਕਬਾਲ ਵਾਲਦ ਦਾ ਕੀ ਨਾਂ ਸੀ ਵਾਲਦ ਦਾ ਨਾਂ ਫਿਰੋਜ਼ਦੀਨ ਆਪਣਾ ਪਿਛਲਾ ਪਿੰਡ ਕਿਹੜਾ ਸੀ ਆਪਣਾ ਸਾਡਾ ਪਿੰਡ ਜੀ ਟਾਂਡਾ ਉੜਬਲ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਾਹ ਕਿਆ ਬਾਤ ਹੈ ਅੱਛਾ ਇਹਦੇ ਆਸੇ ਪਾਸੇ ਦੇ ਪਿੰਡ ਕਿਹੜੇ ਸੀ ਇਹਦੇ ਆਲੇ ਤੁਸੀਂ ਝਾਸਾਂ ਖੱਖਾਂ ਅਯਾਪੁਰ ਉੜਬਲਾ ਬਿਆਣੀ ਦਸੂਆ ਮਸੀਤੀ ਉਸ ਤੋਂ ਬਾਅਦ ਸੀਗੇ ਕਿ ਨਾ ਘੋੜਾ ਬਾਹਾ ਅੱਛਾ 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 ਅਤੇ ਉਹ ਲਾਗੇ ਸ਼ਹਿਰ ਕਿਹੜਾ ਲੱਗਦਾ ਸੀ ਸਾਨੂੰ ਸ਼ਹਿਰ ਹਾਂ ਟਾਂਡੇ ਤੋਂ ਜਲੰਧਰ 40 ਕਿਲੋਮੀਟਰ ਸੀ ਅੱਛਾ ਹਾਂਜੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਜਾ ਜਾਂਦਾ ਅਤੇ ਜਲੰਧਰ ਸਾਡੇ ਤੋਂ 40 ਕਿਲੋਮੀਟਰ ਸੀ ਉੜਮੁ ਟਾਂਡਾ ਪਿੰਡ ਸੀ ਜਾਂ ਕਸਬਾ ਸੀ ਕਸਬਾ ਸੀ ਪੁਰਾਣਾ ਸ਼ਹਿਰ ਸੀ ਤਾਰੀਖੀ ਸ਼ਹਿਰ ਸੀ ਇਹ ਨਹੀਂ ਫਿਰ ਇੱਥੋਂ ਦੁਕਾਨਾਂ ਵੀ ਹੋਣਗੀਆਂ ਹਾਂਜੀ ਉੱਥੇ ਦੁਕਾਨਾਂ ਵੀ ਕਿਤਾਬਾਂ ਦੀਆਂ ਦੁਕਾਨਾਂ ਸੀ ਮੰਡੀ ਸੀ ਗੱਲਾਂ ਮੰਡੀ ਰੇਲਵੇ ਸਟੇਸ਼ਨ ਵਾਹ 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 ਔਰ ਬੱਸਾਂ ਦੇ ਅੱਡੇ ਅੱਛਾ ਹਾਂਜੀ ਇਹਨੂੰ ਉਸ ਵੇਲੇ ਤਹਿਸੀਲ ਕਿਹੜੀ ਲੱਗਦੀ ਸੀ ਤਹਿਸੀਲ ਦਸੂਆ ਦਸੂਆ ਉੜਮੁੜ ਟਾਂਡਾ ਉੜਮੁੜ ਟਾਂਡਾ ਠੀਕ ਹੈ ਇਹ ਬੜਾ ਮੁਸਲਮਾਨਾਂ ਦਾ ਕਸਬਾ ਸੀ ਇੱਥੇ ਜਿਹੜਾ ਸ਼ਹਿਰ ਕਸਬਾ ਸੀ ਨਾ ਉਹਦੇ ਵਿੱਚ ਮੈਜੋਰਿਟੀ ਮੁਸਲਮਾਨਾਂ ਦੇ ਸੀ ਯਾਨੀ ਮੁਸਲਮਾਨ ਜ਼ਿਆਦਾ ਸੀ ਹਿੰਦੂ ਥੋੜ੍ਹੇ ਸੀਗੇ ਤਾਂ ਸਿੱਖ ਬਹੁਤ ਘੱਟ ਸੀਗੇ ਸਿੱਖ ਦਿਹਾਤਾਂ 'ਚ ਸੀਗੇ ਜਿਹੜੇ ਆਲੇ ਦੁਆਲੇ ਟਾਂਡੇ ਦੇ ਆਲੇ ਦੁਆਲੇ ਦਿਹਾਤਾਂ 'ਚ ਸਿੱਖ ਸੀਗੇ ਸ਼ਹਿਰ ਦੀ ਆਬਾਦੀ ਜਿਹੜੀ ਸੀ ਨਾ ਉਹ ਜ਼ਿਆਦਾ ਮੁਸਲਮਾਨਾਂ ਦੀ ਸੀ ਤਾਂ ਹਿੰਦੂਆਂ ਦੀ ਸੀ ਅਤੇ ਸਾਡੇ ਸ਼ਹਿਰ ਦੇ ਵਿੱਚ ਕੱਪੜਾ ਬਣਦਾ ਸੀ ਸਿਲਕੀ ਕੱਪੜਾ ਅੱਛਾ ਹਾਂਜੀ ਔਰ ਬਰਤਨ ਬਣਦੇ ਸੀ ਕੱਚੇ ਬਰਤਨ ਵਾਹ ਔਰ ਬੜਾ ਅੱਛਾ ਇਲਾਕਾ ਸੀ ਪੜ੍ਹੇ ਲਿਖੇ ਲੋਕ ਉੱਥੇ ਦੇ ਹੋਏ ਆ ਮੌਲਵੀ ਗੁਲਾਮ ਰਸੂਲ ਉਹ ਸਾਡੇ ਇਲਾਕੇ 'ਚ ਹੋਏ ਆ ਮੌਲਵੀ ਗੁਲਾਮ ਰਸੂਲ ਆਲਮਪੁਰੀ ਆਲਮਪੁਰੀ ਅੱਛਾ ਜੀ ਉਹ ਵੀ ਟਾਂਡੇ ਦੇ ਨਜ਼ਦੀਕ ਸੀ ਔਰ ਆਲਮ ਫਾਦਲ ਲੋਕ ਉੱਥੇ ਹੋਏ ਆ ਹੁਸ਼ਿਆਰਪੁਰ ਵੈਸੇ ਵੀ ਪੜ੍ਹੇ ਲਿਖੇ ਲੋਕਾਂ ਦਾ ਜ਼ਿਲ੍ਹਾ ਸੀ ਹਾਂਜੀ ਹੁਸ਼ਿਆਰਪੁਰ ਹੁਸ਼ਿਆਰਪੁਰ ਜਲੰਧਰ ਹਾਂ ਲੁਧਿਆਣਾ ਹਾਂ ਅੰਮ੍ਰਿਤਸਰ ਲਾਹੌਰ ਇਹ ਪੰਜਾਬ ਦੇ ਪੜ੍ਹੇ ਲਿਖੇ ਯਾਨੀ ਇਲਾਕਿਆਂ ਦਾ ਲੋਕਾਂ ਦਾ ਇਲਾਕਾ ਸੀਗਾ ਔਰ ਤਰੱਕੀ 'ਚ ਵੀ ਇਹਨਾਂ ਜ਼ਿਲ੍ਹਿਆਂ ਦੇ ਲੋਕ ਅੱਗੇ ਰਹੇ ਔਰ ਤੁਹਾਡੀ ਜਿੰਨੀ ਵੀ ਮੌਜੂਦਾ ਵੀ ਅਗਰ
ਅਸਿਸਟੈਂਟ ਹੈ ਜਾਂ ਆਫਿਸਰ ਹੈ ਅਤੇ ਇਹਨਾਂ ਇਲਾਕਿਆਂ ਦੇ ਇਹਨਾਂ ਜ਼ਿਲ੍ਹਿਆਂ ਦੇ ਤੁਹਾਨੂੰ ਮਿਲਣਗੇ ਉਹ ਬੱਚੇ ਜਿਹੜੇ ਬਸ ਅਸੀਂ ਉਧਰੋਂ ਮਾਈਗ੍ਰੇਸ਼ਨ ਕਰਕੇ ਆਏ ਨਾ ਅਤੇ ਸਾਡੇ ਬੱਚੇ ਪੜ੍ਹ ਕੇ ਲਿਖ ਕੇ ਉਹੀ ਅਫਸਰ ਬਣੇ ਆ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਜਿਹੜਾ ਓੜਮੋੜ ਟਾਂਡਾ ਸੀ ਇਹਦੇ ਬਾਰੇ ਤੁਸੀਂ ਦੱਸਿਆ ਵੀ ਇੱਥੇ ਮੁਸਲਮਾਨ ਬਾਲੇ ਸੀ। ਹਾਂਜੀ। ਅਤੇ ਇਸ ਓੜਮੋੜ ਟਾਂਡੇ ਵਿੱਚ ਸਕੂਲ ਕਿੰਨੇ ਸੀ? ਉਹ ਸਕਦੇ ਤਾਂ ਇੱਕ ਹਾਈ ਸਕੂਲ ਸੀਗਾ ਪੂਰੇ ਏਰੀਏ 'ਚ। ਹਾਂ। ਤਕਰੀਬਨ 10-12 ਮੀਲਾਂ ਵਿੱਚ ਇੱਕ ਹਾਈ ਸਕੂਲ ਸੀ, ਗੌਰਮੈਂਟ ਹਾਈ ਸਕੂਲ ਟਾਂਡਾ। ਅੱਛਾ ਜੀ। ਬਾਕੀ 2-4 ਸੀਗੇ ਪ੍ਰਾਇਮਰੀ ਸਕੂਲ। ਦੋ ਸ਼ਹਿਰ ਸੀ ਓੜਮੋੜ ਔਰ ਟਾਂਡਾ, ਉਹਦੇ ਦਰਮਿਆਨ 'ਚ ਸਕੂਲ ਸੀਗਾ ਗੌਰਮੈਂਟ ਹਾਈ ਸਕੂਲ। ਸਕੂਲ ਉਹ ਪਹਿਲੇ ਪਾਸੇ ਓੜਮੋੜ, ਉਰਲੇ ਪਾਸੇ ਟਾਂਡਾ, ਔਰ ਇੱਕ ਪ੍ਰਾਇਮਰੀ ਸਕੂਲ ਸੀਗਾ ਲੜਕੀਆਂ ਦਾ। ਅੱਛਾ। ਅਤੇ ਦੋ ਮੁੰਡਿਆਂ ਦੇ ਸੀ। ਵਾਹ ਜੀ ਵਾਹ। ਯਾਨੀ ਸਿਰਫ ਪ੍ਰਾਇਮਰੀ ਸਕੂਲ ਸੀ ਕੁੜੀਆਂ ਵਾਸਤੇ ਔਰ ਮੁੰਡਿਆਂ ਦਾ ਹਾਈ ਸਕੂਲ ਸੀ। ਮੁੰਡਿਆਂ ਦਾ ਹਾਈ ਸਕੂਲ ਸੀ ਅਤੇ ਇੱਕ ਮੁੰਡਿਆਂ ਵਾਸਤੇ ਪ੍ਰਾਇਮਰੀ ਸਕੂਲ ਵੀ ਸੀਗਾ। ਅਤੇ ਜਿਹੜੇ ਮੁੰਡੇ ਕਾਲਜ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਕਿੱਥੇ ਜਾਣਾ ਪੈਂਦਾ ਸੀ? ਉਹਨਾਂ ਨੂੰ ਜਾਂ ਤਾਂ ਜਲੰਧਰ ਜਾਣਾ ਪੈਂਦਾ ਸੀ ਅਤੇ ਜਾਂ ਲਾਹੌਰ ਜਾਣਾ ਪੈਂਦਾ ਸੀ। ਹੁਸ਼ਿਆਰਪੁਰ ਵਿੱਚ ਨਹੀਂ ਹੈ ਸੀ ਕਾਲਜ? ਨਾ, ਕੋਈ ਕਾਲਜ ਨਹੀਂ ਉਸ ਵਕਤ। ਅੱਛਾ ਜੀ। ਅੱਛਾ ਇਹ ਦੱਸੋ ਵੀ ਮੁਸਲਮਾਨਾਂ ਦੇ ਮੁੰਡਿਆਂ 'ਚ ਉੱਥੇ ਪੜ੍ਹਨ ਦਾ ਰਿਵਾਜ ਤਾਂ ਵਾਹਵਾ ਹੀ ਹੋਣਾ ਹੈ। ਕਾਫੀ, ਲੇਕਿਨ ਗੁਰਬਤ ਜ਼ਿਆਦਾ ਸੀ। ਗੁਰਬਤ ਜ਼ਿਆਦਾ ਸੀ। ਇੱਥੋਂ ਦੇ ਲੋਕਾਂ ਦੀ ਆਮਦਨ ਦਾ ਜ਼ਰੀਆ ਕੀ ਸੀ? ਕਾਸ਼ਤਕਾਰੀ ਸੀ। ਨੰਬਰਦਾਰੀਆਂ ਕਿੰਨੀਆਂ ਸਨ ਇਸ ਪਿੰਡ ਦੀਆਂ? ਸਾਡੇ ਨੰਬਰਦਾਰੀ ਨਹੀਂ ਸੀ, ਇੱਥੇ ਜ਼ੈਲਦਾਰੀ ਸੀਗੀ। ਅੱਛਾ ਜੀ। ਜ਼ੈਲਦਾਰੀ ਸਿਸਟਮ ਸੀਗਾ। ਉਹ ਜ਼ੈਲਦਾਰਾਂ ਦਾ ਘਰ ਕਿਹੜਾ ਸੀ? ਉਹ ਸੀ ਮੀਆਂ ਉਤਾਹ ਮੁਹੰਮਦ, ਪਠਾਨ ਸੀ ਉਹ। ਪਠਾਨ ਮੀਆਂ ਲਿਖਵਾਉਂਦੇ ਸਨ? ਹਾਂ, ਮੀਆਂ ਕਰ। ਅੱਛਾ ਜੀ। ਅੱਛਾ ਅੱਛਾ ਅੱਛਾ। ਔਰ ਟਾਂਡੇ ਦੇ ਵਿੱਚ ਵੀ ਸੀ ਨਾਲ ਮਿਆਣੀ ਇੱਕ ਕਸਬਾ, ਤਕਰੀਬਨ ਇਹ ਬੜੇ ਸੀ। ਔਰ ਇੱਥੇ ਜ਼ਿਆਦਾ ਸੀਗੇ ਕੀ ਨਾਂ, ਨੰਬਰਦਾਰੀਆਂ ਸਫੈਦ ਪੋਸ਼ੀਆਂ। ਨੰਬਰਦਾਰ ਜਿਹੜੇ ਸੀ ਉਹ ਦਿਹਾਤਾਂ ਸੀ, ਉਹ ਇਕੱਲੇ ਇਕੱਲੇ ਪਿੰਡ 'ਚ ਇੱਕ ਜਾਂ ਦੋ, ਇੱਕ ਜਾਂ ਪਾਪੂਲੇਸ਼ਨ ਦੇ ਹਿਸਾਬ 'ਤੇ ਸੀ। ਸਫੈਦ ਪੋਸ਼ ਹੋਰ ਹੁੰਦਾ ਸੀ ਅਤੇ ਜ਼ੈਲਦਾਰ ਹੋਰ ਹੁੰਦਾ ਸੀ। ਹਾਂਜੀ। ਅੱਛਾ ਜੀ। ਸਫੈਦ ਪੋਸ਼ ਦੀ ਕੀ ਜ਼ਿੰਮੇਦਾਰੀ ਸੀ? ਬਸ ਇਹ ਅੰਗਰੇਜ਼ਾਂ ਨੇ ਇਹਨਾਂ ਨੂੰ ਨਵਾਜ਼ਿਆ ਸੀ। ਹਾਂ, ਟਾਈਟਲ ਦਿੱਤਾ ਸੀ। ਟਾਈਟਲ ਦਿੱਤਾ ਸੀ ਬਸ, ਉਹਨਾਂ ਨੂੰ ਆਪਣੇ ਮਫਾਦ ਦੀ ਖਾਤਰ ਜੋੜਾ ਕੰਮ ਲੈਂਦੇ ਸੀ। ਠੀਕ ਹੈ, ਠੀਕ ਹੈ। ਅਤੇ ਇਹ ਸਾਨੂੰ ਦੱਸੋ ਮਸਜਿਦਾਂ ਕਿੰਨੀਆਂ ਸੀ ਉਦੋਂ? ਮਸਜਿਦਾਂ ਤਕਰੀਬਨ ਬੜੀ ਮਸਜਿਦ ਸਾਡੀ ਸੀ ਇੱਕ, ਉਹਨੂੰ ਜਮਾ ਮਸਜਿਦ ਕਹਿੰਦੇ ਸੀ, ਉਹ ਵੱਡੀ ਸੀ। ਹਾਂ। ਬਾਕੀ 8-10 ਮਸਜਿਦਾਂ ਛੋਟੀ ਛੋਟੀਆਂ ਸੀਗੀਆਂ। ਤੁਸੀਂ ਓੜਮੋੜ 'ਚ ਰਹਿੰਦੇ ਸੀ ਜਾਂ ਟਾਂਡਾ? ਅਸੀਂ ਟਾਂਡੇ 'ਚ ਰਹਿੰਦੇ ਸੀ। ਤੁਸੀਂ ਟਾਂਡੇ 'ਚ ਰਹਿੰਦੇ ਸੀ? ਔਰ ਸਾਡੇ ਇਤਫਾਕ ਦੀ ਗੱਲ ਹੈ ਕਿ ਪੂਰਾ ਮਹੱਲਾ ਸਾਡਾ ਮੁਸਲਮਾਨਾਂ ਦਾ ਸੀ, ਲੇਕਿਨ ਸਿੱਖਾਂ ਦਾ ਗੁਰਦੁਆਰਾ ਸਾਡੇ ਮਹੱਲੇ 'ਚ ਸੀਗਾ। ਅੱਛਾ। ਸਾਡੇ ਘਰ ਦੇ ਸਾਹਮਣੇ। ਤੁਸੀਂ ਕਦੇ ਗੁਰਦੁਆਰੇ ਚਲੇ ਵੀ ਜਾਂਦੇ ਸੀ? ਹਾਂ, ਚਲ ਜਾਈਏ, ਬੱਚੇ ਸੀ, ਅਸੀਂ ਰੋਟੀ ਪਾਣੀ ਵੀ ਉੱਥੋਂ ਖਾ ਲੈਂਦੇ ਸੀ ਜਾ ਕੇ। ਅੱਛਾ। ਹਲਵਾ ਕੜਾਹਾ ਵੀ ਉੱਥੋਂ ਖਾਧਾ? ਕੜਾਹਾ ਖਾਧਾ, ਹਲਵਾ ਬਾਂਹ ਹੁੰਦੇ ਸੀ ਪਕਾ ਕੇ, ਵੱਡੇ ਵੱਡੇ ਮੁੰਡੇ ਪਕਾ ਦਿੰਦੇ ਸੀ। ਔਰ ਬੜਾ ਉਹਨਾਂ ਸਿੱਖਾਂ ਦਾ ਸ਼ੁਰੂ ਸਾਡਾ ਬੜਾ ਪਿਆਰ ਸੀ। ਬਲਕਿ ਸਾਨੂੰ ਜਿਸ ਵੇਲੇ ਪਾਰਟੀਸ਼ਨ ਹੋਇਆ ਨਾ, ਅਤੇ ਸਾਡੇ ਦਾਦੇ ਦਾ ਇੱਕ ਯਾਰ ਸੀਗਾ, ਉਹਦਾ ਨਾਮ ਸੀਗਾ ਠਾਕਰ ਸਿੰਘ, ਸਰਦਾਰ ਠਾਕਰ ਸਿੰਘ। ਉਹ ਸੀ ਇਹ ਖੱਖਾ ਪਿੰਡ ਦਾ, ਟਾਂਡੇ ਤੋਂ ਤਕਰੀਬਨ 3 ਕਮੀਲ 'ਤੇ ਸੀ। ਉਹ ਜਿਸ ਵੇਲੇ ਪਾਰਟੀਸ਼ਨ ਹੋਇਆ, ਅੱਗ ਕਤਲ ਉਗਾਉਣਾ ਸ਼ੁਰੂ ਕੀਤਾ, ਸਾਨੂੰ ਕੱਢ ਕੇ ਲੈ ਗਿਆ ਸੀ ਆਪਣੇ ਪਿੰਡ ਜਾ ਕੇ। ਹਾਂ, ਸਾਨੂੰ ਆਪਣੇ ਕੋਲ 8-10 ਦਿਨ ਰੱਖਿਆ, ਉਸ ਤੋਂ ਬਾਅਦ ਫਿਰ ਸਾਨੂੰ ਕੈਂਪ 'ਚ ਛੱਡ ਗਿਆ। ਵਾਹ ਜੀ ਵਾਹ। ਹਾਂਜੀ। ਅਤੇ ਬਾਕੀ ਹੋਰ ਮੁਖਤਲਿਫ ਜ਼ਿਲ੍ਹਿਆਂ ਦੇ ਸਿੱਖ ਆ ਕੇ ਉਹ ਕਤਲ ਉਗਾਰ ਤਾਂ ਸਾਡੇ ਇਲਾਕੇ 'ਚ ਕਰਦੇ ਸੀ। ਅੱਛਾ। ਉਹ ਜਿਹੜਾ ਬੇਲੀ ਸੀ, ਹਾਂਜੀ, ਸੱਜਣ ਮਿੱਤਰ ਸੀ, ਹਾਂਜੀ, ਤੁਹਾਡੇ ਦਾਦਾ ਜੀ ਦਾ ਸੀ? ਹਾਂਜੀ, ਮੇਰੇ ਦਾਦਾ ਜੀ ਦਾ। ਤੁਹਾਡੇ ਦਾਦਾ ਜੀ ਦਾ ਨਾਂ ਕੀ ਸੀ? ਉਹਨਾਂ ਦਾ ਸੀ ਅਮੀਰਦੀਨ। ਅਮੀਰਦੀਨ, ਹਾਂਜੀ। ਅਤੇ ਕਿਹੜੀ ਬਰਾਦਰੀ ਸੀ? ਰਾਈ ਬਰਾਦਰੀ ਸੀ। ਰਾਈ। ਉੜਮੋ ਟਾਂਡਾ ਵਿੱਚ, ਯਾਨੀ ਟਾਂਡਾ ਤੁਹਾਡਾ ਪਿੰਡ ਸੀ ਜਾਂ ਕਸਬਾ ਸੀ, ਹਾਂਜੀ, ਇਹਦੇ ਵਿੱਚ ਰਾਈ ਬਾਲੇ ਬੈਠੇ ਸੀ? ਬਹੁਤੇ। ਅੱਛਾ ਅੱਛਾ। ਰਾਈ ਸੀ, ਬੱਟ ਸੀ, ਕਸ਼ਮੀਰੀ ਸੀ ਬਹੁਤੇ। ਹਾਂ ਹਾਂ। ਅਤੇ ਹੋਰ ਅਨਸਾਰੀ ਬਰਾਦਰੀ ਬਹੁਤ ਸੀਗੀ। ਹਾਂ। ਜਿਹੜੀ ਕਿ ਰੇਸ਼ਮੀ ਕੱਪੜਾ ਤਿਆਰ ਕਰਦੀ ਸੀ। ਅੱਛਾ। ਹਾਂਜੀ। ਉਹ ਵੀ ਇੱਥੇ ਫੈਸਲਾਬਾਦ ਆ ਕੇ ਬੈਠੇ ਨੇ? ਕੁਛ ਉਹ ਮੁਲਤਾਨ ਬਹਿ ਕੇ ਬਹੁਤ ਜ਼ਿਆਦਾ। ਬਹੁਤੇ ਮੁਲਤਾਨ ਗਏ, ਉਹ ਜਿਹੜੀ ਅਨਸਾਰੀ ਬਰਾਦਰੀ ਸੀ। ਹਾਂ। ਅੱਛਾ, ਸਾਨੂੰ ਇਹ ਦੱਸੋ, ਤੁਸੀਂ ਆਪਣੇ ਦਾਦਾ ਜੀ ਦੇ ਇੱਕ ਮਿੱਤਰ ਦਾ ਜ਼ਿਕਰ ਕੀਤਾ, ਠਾਕਰ ਸਿੰਘ। ਠਾਕਰ ਸਿੰਘ। ਖੱਖਾ ਪਿੰਡ ਦਾ। ਖੱਖਾ ਪਿੰਡ ਦਾ।
ਜਿਹਨੇ ਤੁਹਾਨੂੰ ਪਨਾਹ ਵੀ ਦਿੱਤੀ, ਖਿਦਮਤ ਸੇਵਾ ਵੀ ਕੀਤੀ, ਬਚਾਇਆ ਵੀ। ਇਹ ਸਾਨੂੰ ਦੱਸੋ ਕਿ ਆਮ ਤੌਰ 'ਤੇ ਸਿੱਖਾਂ ਅਤੇ ਮੁਸਲਮਾਨਾਂ ਦੇ ਆਪਸੀ ਤਾਲੁਕਾਤ ਕਿੱਦਾਂ ਦੇ ਸੀ? ਭੈਣਾਂ ਭਰਾਵਾਂ ਵਾਂਗੂ ਸੀ। ਵਿਆਹ ਸ਼ਾਦੀ ਅਗਰ ਮੁਸਲਮਾਨਾਂ ਦੇ ਦੋਸਤ ਦੀ ਆ ਜਾਂ ਸਿੱਖ ਦੇ ਦੋਸਤ ਦੀ ਸ਼ਾਦੀ ਹੋਈ ਤਾਂ ਮੁਸਲਮਾਨ ਆਪਸ 'ਚ ਜਾਂਦੇ ਸੀ ਜਿਵੇਂ ਭੈਣਾਂ ਭਰਾ ਜਾਂਦੇ ਆ। ਅੱਛਾ ਜੀ। ਅੱਛਾ, ਇਹ ਦੋ ਜਿਹੜੀਆਂ ਬਰਾਦਰੀਆਂ ਜਾਂ ਦੋ ਕੌਮਾਂ ਕਹਿ ਲਓ, ਸਿੱਖ ਔਰ ਮੁਸਲਮਾਨ, ਇਹਨਾਂ ਦਾ ਆਪਸ 'ਚ ਪਿਆਰ ਵੀ ਸੀ, ਤਾਲਕ ਵੀ ਸੀ। ਇਹਨਾਂ 'ਚ ਇਹਨਾਂ 'ਚ ਤਾਸਬ ਨਹੀਂ ਸੀ ਸਗਾ, ਤਾਸਬ ਤਾਂ ਹਿੰਦੂਆਂ 'ਚ ਸੀਗਾ। ਹਿੰਦੂ ਸਿੱਖਾਂ ਨੂੰ ਵੀ ਖੁੱਲ੍ਹ ਕੇ ਮਿਲਦੇ ਤਾਂ ਮੁਸਲਮਾਨਾਂ ਨੂੰ ਨਹੀਂ ਸੀ ਮਿਲਦੇ। ਅੱਛਾ ਜੀ। ਹਾਂਜੀ। ਅੱਛਾ ਜੀ। ਮਤਲਬ ਮੁਸਲਮਾਨਾਂ ਦੀ ਸ਼ਾਦੀ ਹੋ ਗਈ ਹੈ, ਉਹ ਇੱਧਰ ਜਿਹੜੇ ਸਿੱਖ ਬੁਲਾ ਲਏ ਉਹਨਾਂ ਸਿੱਖਾਂ ਵਾਸਤੇ ਸਪੈਸ਼ਲ ਰੋਟੀ ਪਕੜੀ। ਜੇ ਮੁਸਲਮਾਨਾਂ ਦੇ ਸਿੱਖਾਂ ਦੀ ਸ਼ਾਦੀ ਆ ਤਾਂ ਉਹਨਾਂ ਨੇ ਮੁਸਲਮਾਨ ਵਾਸਤੇ ਸਪੈਸ਼ਲ ਬਰਤਨਾਂ 'ਚ ਖਾਣਾ ਪਕਾਉਣਾ। ਅੱਛਾ। ਹਾਂਜੀ, ਅਤੇ ਉਹ ਸਪੈਸ਼ਲੀ ਖਾਣਾ ਪਕਾਉਣਾ ਉਹਨਾਂ ਨੇ। ਮੁਸਲਮਾਨਾਂ ਦੇ ਘਰ ਅਗਰ ਸ਼ਾਦੀ ਆ ਤਾਂ ਉਹਨਾਂ ਨੇ ਸਿੱਖਾਂ ਵਾਸਤੇ ਪਕਾਉਣਾ, ਲੇਕਿਨ ਹਿੰਦੂ ਸਾਡੇ ਸ਼ਾਦੀਆਂ 'ਚ ਨਹੀਂ ਸੀ ਜਾਂਦੇ। ਦੁਕਾਨਾਂ ਸੀ, ਮਾਰਕੀਟਾਂ ਸੀਗੀਆਂ, ਕੱਪੜੇ ਦਾ ਕਾਰੋਬਾਰ, ਅਜਲਾਸ ਦਾ, ਉਸ ਵਕਤ ਇਹ ਦੋ ਚੀਜ਼ਾਂ ਸੀ, ਅਜਲਾਸ ਜਾਂ ਕੱਪੜਾ, ਬਾਕੀ ਇਲੈਕਟ੍ਰੋਨਿਕ ਵਗੈਰਾ ਜਾਂ ਬਿਜਲੀ ਵਗੈਰਾ ਤਾਂ ਉਸ ਇਲਾਕੇ 'ਚ ਸੀਗੀ ਨਹੀਂ। ਬਿਜਲੀ ਵੀ ਕੋਈ ਨਹੀਂ ਸੀ? ਨਹੀਂ, ਬਿਜਲੀ ਕੋਈ ਨਹੀਂ ਸੀ। ਰਾਤ ਦਾ ਹਨੇਰਾ ਹੁੰਦੇ, ਡੀਵੇ ਬਣ ਜਾਂਦੇ ਬਲਦੀ ਸੀ ਬਸ, ਜਾਂ ਇਹ ਹੁੰਦਾ ਸੀ ਕਮੇਟੀ ਦੀਆਂ ਉਹ ਹੁੰਦੀਆਂ ਸੀ, ਲਾਲ ਟੈਂਡਾ ਲੱਗੀਆਂ ਹੋਈਆਂ, ਮਿੱਟੀਆਂ ਤੇਲਾਂ ਬਲਦੀਆਂ ਹੁੰਦੀਆਂ ਸੀ, ਉਹ ਚੌਂਕਾਂ 'ਚ ਲਾਈਆਂ ਹੁੰਦੀਆਂ ਸੀ। ਉਹ ਸ਼ਾਮ ਨੂੰ ਕਮੇਟੀ ਦਾ ਬੰਦਾ ਆ ਕੇ ਬਾਲ ਜਾਂਦਾ ਸੀ? ਹਾਂ, ਕਮੇਟੀ ਦਾ ਬੰਦਾ ਆ ਕੇ ਬਾਲਦਾ ਸੀ। ਅੱਛਾ, ਵਾਹ ਜੀ ਵਾਹ। ਅੱਛਾ, ਇਹ ਦੱਸੋ ਮੁਸਲਮਾਨ ਜਿਹੜੇ ਸੀ ਬੜੇ ਜ਼ਰਾਤ ਪੇਸ਼ਾ ਸੀ, ਜ਼ਿਆਦਾ ਜ਼ਰਾਤ ਪੇਸ਼ਾ ਸੀ, ਖੇਤੀਬਾੜੀ ਕਰਦੇ, ਖੇਤੀਬਾੜੀ ਕਰਨ ਵਾਲੇ ਸੀ, ਔਰ ਹਿੰਦੂ ਬਰਾਦਰੀ ਜਿਹੜੀ ਸੀ ਉਹ ਤਜਾਰਤ ਪੇਸ਼ਾ ਸੀ, ਸਾਰੀ ਤਜਾਰਤ ਪੇਸ਼ਾ ਸੀ, ਦੁਕਾਨਦਾਰੀ, ਹਾਂਜੀ, ਬਿਜ਼ਨਸ, ਲੈਣ ਦੇਣ, ਜੋ ਵੀ ਸੀ, ਤੇ ਜਿਹੜੇ ਸਿੱਖ ਸੀ ਉਹ ਵੀ ਜ਼ਰਾਤ ਤੇ ਖੇਤੀਬਾੜੀ, ਸਾਰਾ ਜ਼ਿਮੀਦਾਰਾ ਕਾਸ਼ਤਕਾਰ ਲੋਕ ਸੀ, ਉਹ ਲੋਕ ਕੁਝ ਮੁਲਾਜ਼ਮ ਸੀ ਫੌਜ ਵਗੈਰਾ 'ਚ ਜਾਂ ਮੁਖਤਲਿਫ ਮਹਿਕਮੇ 'ਚ, ਜ਼ਿਆਦਾ ਮੁਸਲਮਾਨ ਔਰ ਸਿੱਖ ਜ਼ਿਆਦਾ ਤਜਾਰਤ ਪੇਸ਼ਾ ਲੋਕ ਸੀ। ਅੱਛਾ ਅੱਛਾ, ਨਾ ਸੌਰੀ, ਜ਼ਰਾਤ ਜ਼ਰਾਤ ਪੇਸ਼ਾ ਸੀ, ਖੇਤੀਬਾੜੀ, ਵਾਈ ਬੀਜੀ, ਵਾਈ ਬੀਜੀ ਬਸ ਇਹ ਕਰਦੇ ਸੀ। ਅੱਛਾ, ਹੁਣ ਸਾਨੂੰ ਪਾਕਿਸਤਾਨ ਦੀ ਗੱਲ ਸੁਣਾਓ ਵੀ ਕਿੰਨਾ ਚਿਰ ਪਹਿਲੇ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਮੁਸਲਮਾਨਾਂ ਦਾ ਇੱਕ ਅਲੈਹਦਾ ਮੁਲਕ ਬਣ ਰਿਹਾ ਜਿਹਦਾ ਨਾਂ ਪਾਕਿਸਤਾਨ ਹੈ? ਅੱਛਾ ਸਰ, ਸਰ ਬਾਤ ਇਹ ਹੈ ਕਿ ਸਾਡਾ ਘਰਾਣਾ ਸੀ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ। ਅੱਛਾ ਜੀ। ਸਾਡੇ ਜੇ ਮੌਲਵੀ ਹੋਏ ਦੋ ਤਿੰਨ ਸਾਡੇ ਨਾਨੇ ਦਾਦੇ, ਠੀਕ ਹੈ, ਅਤੇ ਮੇਰੇ ਅੱਬਾ ਜੀ ਉਹ ਸਰਵਿਸ ਕਰਦੇ ਸੀ ਆਰਮੀ 'ਚ ਜੀ, ਠੀਕ ਹੈ, ਸਾਡੇ ਘਰ ਥੋੜ੍ਹੀ ਜਿਹੀ ਤਾਲੀਮ ਸੀਗੀ, ਅਤੇ ਸਾਡੇ ਦਾਦਾ ਜੀ ਉਹ ਕਦੀ ਕਦੀ ਅਖਬਾਰ ਲਿਆਉਂਦੇ ਸੀ। ਅੱਛਾ। ਅਖਬਾਰ ਉਸ ਵਕਤ ਦੋ ਛਪਦੇ ਸੀ, ਤਿੰਨ ਉਰਦੂ ਦੇ, ਕਿਉਂਕਿ ਮਸ਼ਰਕੀ ਪੰਜਾਬ ਦਾ ਜਿਹੜਾ ਇਲਾਕਾ ਜਿਹੜਾ ਮੌਜੂਦਾ ਜਿਹੜਾ ਪਾਕਿਸਤਾਨ ਆ ਜਿੱਥੇ, ਉੱਥੇ ਦੀ ਗੱਲ ਹੈ, ਇੱਥੇ ਉਰਦੂ ਚੱਲੀ ਆ, ਠੀਕ ਹੈ, ਇੱਥੇ ਹਿੰਦੀ ਨਹੀਂ ਸੀ, ਅਤੇ ਉਹ ਸਾਡੇ ਘਰ ਅਖਬਾਰ ਆਉਂਦੇ ਸੀ, ਉਹਦੇ ਵਿੱਚ ਖਬਰਾਂ ਸਾਡੇ ਅੱਬੂ ਜੀ ਦਾਦਾ ਜੀ ਨੇ ਪੜ੍ਹਨੀਆਂ, ਤਾਂ ਅਸੀਂ ਥੋੜ੍ਹੀਆਂ ਸੁਣਨੀਆਂ, ਅਤੇ ਉਹਦੇ ਜੇ ਮੂਵਮੈਂਟ ਸੀ, ਯਾਨੀ ਤਹਿਰੀਕ ਪਾਕਿਸਤਾਨ ਸ਼ੁਰੂ ਹੋ ਗਈ, ਅਤੇ ਉਹ ਸਾਨੂੰ ਥੋੜ੍ਹੀ ਥੋੜ੍ਹੀਆਂ ਗੱਲਾਂ ਉਸ ਵਕਤ ਬਚਪਨ ਦੀਆਂ ਯਾਦ ਆ ਕਿ ਫਲਾਣੇ ਲੀਡਰ ਨੇ ਇਹ, ਕਿਉਂਕਿ ਹਿੰਦੂ ਬੇਸਿਕਲੀ ਮੁਸਲਮਾਨ ਦੇ ਅਗੇਂਸਟ ਸੀਗਾ, ਅਤੇ ਉਹ ਪਾਕਿਸਤਾਨ ਬਣਨ ਦੇ ਹੱਕ 'ਚ ਨਹੀਂ ਸੀਗਾ। ਅੱਛਾ। ਹਾਂ, ਅਤੇ ਇਸ ਵਾਸਤੇ ਉਹ ਜਿਹੜੀਆਂ ਖਬਰਾਂ ਸੀ, ਕਿਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਹਿੰਦੂ ਲੀਡਰ ਦਾ ਕੋਈ ਨਾ ਕੋਈ ਬਿਆਨ ਅਖਬਾਰ 'ਚ ਲਾਜ਼ਮੀ ਆਉਂਦਾ ਸੀ। ਅੱਛਾ ਜੀ। ਮੁਸਲਮਾਨ ਦਾ ਅਖਬਾਰ ਸੀ ਜ਼ਿਮੀਦਾਰ, ਅਤੇ ਨਵਾਂ ਵਕਤ, ਇਹ ਲਾਹੌਰੋਂ ਛਪਦੇ ਸੀ। ਅੱਛਾ ਜੀ। ਅਤੇ ਇੱਕ ਅਖਬਾਰ ਸੀ ਇੰਡੀ ਹਿੰਦੂਆਂ ਦਾ, ਉਹਦਾ ਨਾਂ ਸੀ ਵੀਰ ਭਾਰਤ, ਇੱਕ ਸੀ ਅਖਬਾਰ ਦਾ ਨਾਂ ਮਿਲਾਪ, ਇੱਕ ਤੇਜ, ਜਿਹੜਾ ਬਲਾਪ ਸੀ ਉਹ ਦਿੱਲੀ ਤੋਂ ਛਪਦਾ ਸੀ, ਅਤੇ ਆ ਕੇ ਇੱਥੇ ਲੋਕ ਪੜ੍ਹਦੇ ਸੀ, ਵਿਕਦਾ ਵੀ ਸੀ ਉਹ, ਵੀਰਵਾਰ ਤੋਂ ਪਿਓਰ ਹਿੰਦੂ ਦਾ ਅਖਬਾਰ ਸੀ। ਉਹ ਕਿੱਥੋਂ ਨਿਕਲਦਾ ਸੀ? ਉਹ ਲਾਹੌਰੋਂ। ਅੱਛਾ। ਲਾਹੌਰ 'ਚ, ਲਾਹੌਰ ਦਾ ਤਾਂ ਸਾਡਾ ਤਕਰੀਬਨ ਕੋਈ 80-85 ਮੀਲ ਦਾ ਫਾਸਲਾ ਸੀ। ਠੀਕ ਹੈ। ਉਦੋਂ ਕਿਤੇ ਦੱਸਦਾ, ਠੀਕ ਹੈ।
ਇਹ ਅਖਬਾਰ ਸਾਰਾ ਦਿਹਾੜੀ ਤੁਹਾਡੇ ਕੋਲ ਪਹੁੰਚ ਜਾਂਦਾ ਸੀ ਜਾਂ ਬਾਅਦ ਚ ਪੜਦੇ ਸਨ? ਨਹੀਂ ਜੀ, ਅਖਬਾਰ ਸਾਡੇ ਇਹ ਸੀਗਾ ਕਿ 12 ਵਜੇ ਬਾਅਦ ਕਾ 2 ਵਜੇ ਪਹੁੰਚ ਜਾਂਦਾ ਸੀ। ਅੱਛਾ, ਲੋਕ ਬਹਿ ਕੇ ਪੜ੍ਹਦੇ ਹੁੰਦੇ? ਹਾਂ, ਪੜ੍ਹਦੇ ਹੁੰਦੇ ਸੀ। ਸਾਡੇ ਲਾਗੇ ਇੱਕ ਬੋਰਡ ਸੀ, ਅਜੇ ਬੋਰਡ ਸੀ, ਬੜਾ ਪੁਰਾਣਾ ਬੋਰਡ। ਉੱਥੇ ਗਰਮੀਆਂ ਨੂੰ ਖਾਸ ਤੌਰ 'ਤੇ ਪੂਰੇ ਸ਼ਹਿਰ ਦੀ ਜਿਹੜੇ ਬੰਦੇ ਉੱਥੇ, ਜਿਹੜੇ ਥੋੜ੍ਹੇ ਬਹੁਤ ਉਸ ਵਕਤ ਦੇ ਕੋਈ 2 ਜਮਾਤਾਂ ਕੋਈ 4 ਜਮਾਤਾਂ ਕੋਈ ਜਿਹੜੀ ਪੜ੍ਹੇ ਸੀ, ਉਹ ਅਖਬਾਰ ਪੜ੍ਹ ਕੇ ਇੱਕ ਦੂਸਰੇ ਨੂੰ ਸੁਣਾਉਂਦੇ ਹੁੰਦੇ ਸੀ। ਅੱਛਾ, ਪੜ੍ਹੇ ਲਿਖੇ ਲੋਕ। ਹਾਂ, ਲੋ ਲੱਗਦੇ ਹੱਥ ਸਾਨੂੰ ਉਸ ਇਲਾਕੇ ਦੇ ਚੰਦ ਮਸ਼ਹੂਰ ਮੁਸਲਮਾਨਾਂ ਦੇ ਨਾਂ ਵੀ ਦੱਸ ਦਿਓ ਜਿਹੜੇ ਉਸ ਵੇਲੇ ਜਾਣਦੇ ਹੋਣ ਲੋਕ ਉਹਨਾਂ ਨੂੰ, ਸਿਰਕੜ ਮੁਸਲਮਾਨ, ਚੰਦ ਬਜ਼ੁਰਗ ਜਿਹੜੇ ਮਸ਼ਹੂਰ ਹੋਣ ਉਸ ਵੇਲੇ, ਜਿਵੇਂ ਤੁਹਾਡੇ ਦਾਦਾ ਜੀ ਸਨ। ਹਾਂ, ਅਸਲ ਬਹੁਤ ਸਾਰੇ ਮੈਨੂੰ ਨਾਮ ਭੁੱਲ ਗਿਆ, ਕਿਉਂਕਿ ਉਹ ਜ਼ਿਆਦਾ ਮੈਂ ਦੇਣ 'ਤੇ ਜ਼ੋਰ ਨਹੀਂ ਦਿੱਤਾ। ਅਤੇ ਮੈਂ ਅਗਰ ਅਸੀਂ ਇਹ ਕਹੀਏ ਹਾਂਜੀ ਕਿ ਟਾਂਡਾ ਦੇ ਮੁਸਲਮਾਨਾਂ ਦਾ ਮੁਸਲਮਾਨ ਕੋਈ ਲੀਡਰ ਹੈ ਸੀ ਤਾਂ ਉਹ ਕਿਹੜਾ ਸੀ? ਉੜ ਮੁੜ ਦੇ ਬਸ ਉਹ ਸੀਗੇ, ਇੱਕ ਸ਼ਬਾਜ ਖਾਨ ਸੀ, ਅਤਾ ਖਾਨ ਸੀ, ਇਹ ਪਠਾਨ ਟਾਈਪ ਸੀਗੇ ਜਿਹੜੀ, ਲੇਕਿਨ ਇਹ ਸੀਗੇ ਗੌਰਮੈਂਟ ਸਾਈਡ ਦਾ। ਅੱਛਾ ਅੱਛਾ, ਗੌਰਮੈਂਟ ਦੇ ਨੁਮਾਇੰਦਿਆਂ ਦੇ ਤੌਰ 'ਤੇ ਸੀ, ਠੀਕ ਹੈ। ਅੱਛਾ, ਫਿਰ ਉਹ ਅਖਬਾਰ ਦੀ ਤੁਸੀਂ ਗੱਲ ਕਰ ਰਹੇ ਸੀ ਵੀ ਅਖਬਾਰ ਪੜ੍ਹਦੇ ਸੀ, ਤੁਸੀਂ ਕਦੋਂ ਸੁਣਿਆ ਵੀ ਪਾਕਿਸਤਾਨ ਬਣਦਾ ਪਿਆ? ਕਿੰਨਾ ਕੁ ਚਿਰ ਪਹਿਲੇ? ਇਹ ਪਾਕਿਸਤਾਨ ਤਕਸੀਮ ਤੋਂ ਤਕਰੀਬਨ 5-4 ਸਾਲ ਪਹਿਲੇ। ਹਾਂ, ਤੁਹਾਡੇ ਕੰਨਾਂ ਤੱਕ ਇਹ ਗੱਲ ਅੱਪੜ ਗਈ ਸੀ? ਹਾਂ ਬਈ, ਪਾਕਿਸਤਾਨ ਬਣਨਾ ਵਾ। ਤੁਸੀਂ ਉਸ ਵੇਲੇ ਸਕੂਲੇ ਪੜ੍ਹਦੇ ਸੀ, ਕੀ ਚੱਕਰ ਸੀ? ਮੈਂ ਉਸ ਵਕਤ ਯਾਨੀ ਸਕੂਲੇ ਤਕਰੀਬਨ 1st-2nd ਜਾਊਂਗਾ। 47 ਵਿੱਚ? ਨਹੀਂ, 47 ਤਾਂ ਮੈਂ 3rd-4th ਪੜ੍ਹਦਾ ਸੀ। ਅੱਛਾ ਅੱਛਾ ਅੱਛਾ, ਤੁਸੀਂ ਕੁਛ 1-2 ਸਾਲ ਪਹਿਲੇ ਸੁਣਨਾ ਸ਼ੁਰੂ ਕਰਤਾ ਸੀ? ਹਾਂ, ਸੁਣਨਾ ਪਹਿਲੇ ਕਰਤਾ ਸੀ ਵੀ ਇਸ ਤਰ੍ਹਾਂ ਹਿੰਦੁਸਤਾਨ ਜਿਹੜਾ 2 ਟੁੱਟੇ ਹੋ ਜਾਣਾ ਥੋੜ੍ਹਾ ਥੋੜ੍ਹਾ, ਔਰ ਇਹਦੇ 'ਚ ਇੱਕ ਪਾਕਿਸਤਾਨ ਬਣੇਗਾ ਅਤੇ ਇੱਕ ਹਿੰਦੁਸਤਾਨ ਬਣੇਗਾ। ਫਿਰ ਇਸ ਗੱਲ 'ਚ ਜ਼ੋਰ ਕਦੋਂ ਆਇਆ? ਜ਼ੋਰ ਫਿਰ ਜੰਗ ਤੋਂ ਬਾਅਦ। ਟਾਂਡਾ ਵਿੱਚ ਇਹ ਗੱਲ ਪਹਿਲੀ ਵਾਰ ਤੁਸੀਂ ਕਦੋਂ ਸੁਣੀ ਕਿ ਪਾਕਿਸਤਾਨ ਬਣਦਾ ਪਿਆ, ਬਣ ਚੱਲਿਆ, ਬਸ ਇੱਧਰ ਉੱਧਰ ਹੋ ਗਈ ਗੱਲ? ਯਾਨੀ ਪਹਿਲਾਂ ਤਾਂ ਇਹ ਸੀ ਕਿ ਪਾਕਿਸਤਾਨ ਦੇ ਵਿੱਚ ਇਹ ਬਣੇਗਾ, ਇਲਾਕਾ ਸ਼ਾਮਿਲ ਹੋਵੇਗਾ ਪਾਕਿਸਤਾਨ ਦੇ ਵਿੱਚ, ਹੁਸ਼ਿਆਰਪੁਰ ਦਾ ਇਲਾਕਾ। ਹਾਂ, ਯਾਨੀ ਪੰਜਾਬ, ਪਾਕਿਸਤਾਨ, ਇਹ ਪੰਜਾਬ ਵਗੈਰਾ ਜਾਂ ਹੁਸ਼ਿਆਰਪੁਰ, ਗੁਰਦਾਸਪੁਰ, ਜੇ ਉਹ ਅੰਮ੍ਰਿਤਸਰ, ਵੀ ਇਹ ਸਾਰੇ ਪਾਕਿਸਤਾਨ ਜਾਣਗੇ। ਅੱਛਾ, ਇਹ ਬਾਅਦ ਦੇ ਵਿੱਚ ਫਿਰ ਜਿਹੜੇ ਇਹਨਾਂ ਨੇ ਸਿੱਖ ਲੀਡਰਾਂ ਨੇ ਪਾਇਆ ਨਾ ਰੌਲਾ, ਕਹਿੰਦੇ ਜੀ ਬੰਗਾਲ ਤਾਂ ਪੰਜਾਬ ਦੋਨੋਂ ਵੰਡੋ, ਪੰਜਾਬ ਨੂੰ ਵੀ ਤਕਸੀਮ ਕਰੋ ਤਾਂ ਬੰਗਾਲ ਨੂੰ ਵੀ ਤਕਸੀਮ ਕਰੋ। ਉਸ ਤੋਂ ਬਾਅਦ ਫਿਰ ਇਹ ਮੂਵਮੈਂਟ ਸ਼ੁਰੂ ਹੋ ਗਈ, ਕੰਮ ਸ਼ੁਰੂ ਹੋ ਗਿਆ। ਉਹਨਾਂ ਕਿਹਾ ਜੀ ਇਹ ਇਲਾਕੇ ਪਾਕਿਸਤਾਨ ਨੂੰ, ਇਹ ਹਿੰਦੁਸਤਾਨ ਨੂੰ। ਉਸ ਤੋਂ ਬਾਅਦ ਫਿਰ ਸਾਨੂੰ ਫਿਰ ਯਕੀਨ ਹੋ ਗਿਆ ਕਿ ਇਹ ਇਲਾਕੇ ਸਾਡੇ ਕੋਲ, ਅਸੀਂ ਇੱਥੋਂ ਚਲੇ ਜਾਣਾ, ਬਸ ਅਸੀਂ ਪਾਕਿਸਤਾਨ ਜਾਣਾ ਪੈਣਾ ਸਾਨੂੰ। ਅੱਛਾ, ਫਿਰ ਔਰ ਜਿਸ ਵਕਤ ਐਲਾਨ ਹੁੰਦਾ 14 ਅਗਸਤ ਨੂੰ, ਗੁਰਦਾਸਪੁਰ ਨੂੰ ਐਲਾਨ ਦੇ ਵਿੱਚ ਪਾਕਿਸਤਾਨ ਸ਼ਾਮਿਲ ਕੀਤਾ ਗਿਆ। ਅੱਛਾ, ਲੇਕਿਨ ਬਾਅਦ 'ਚ ਉਹਨੂੰ ਘੱਟ ਕਈ ਡੀਲ ਦੇ ਦਿੱਤਾ। ਅਤੇ ਜਿਸ ਵੇਲੇ ਐਲਾਨ ਹੋਇਆ ਨਾ ਗੁਰਦਾਸਪੁਰ ਪਾਕਿਸਤਾਨ 'ਚ ਸ਼ਾਮਿਲ ਆ, ਅਤੇ ਸਾਡੇ ਟਾਂਡੇ ਦੇ ਉਲਮੜਾ ਦੇ ਲੋਕਾਂ ਨੇ ਖੁਸ਼ੀ ਮਨਾਈ ਵੀ ਚਲੋ ਇਹ ਇਲਾਕਾ ਅਸੀਂ ਵਿੱਚ ਦਰਮਿਆਨ 'ਚ ਦਰਿਆ ਵਾ ਚੱਲਦਾ, ਦਰਿਆ ਬਿਆਸ, ਵੀ ਦਰਿਆ ਪਾਰ ਕਰਕੇ ਅਤੇ ਅਸੀਂ ਪਾਕਿਸਤਾਨ ਚਲੇ ਜਾਂਦੇ। ਲੇਕਿਨ ਕੁਛ ਦਿਨਾਂ ਬਾਅਦ ਉਹ ਉਹਨਾਂ ਨੇ ਕੱਟ ਕੇ ਡੀਲ ਦੇ ਦਿੱਤਾ। ਅੱਛਾ, ਫਿਰ ਕਤਲੋਗਾਰਤ ਹੋਈ ਜੋ ਬਹੁਤ ਜ਼ਿਆਦਾ, ਉਹੀ ਸਿੱਖ ਜਿਹੜੇ ਸਾਡੇ ਭਰਾ ਬਣੇ ਸੀ ਉਹੀ ਸਾਡੇ ਦੁਸ਼ਮਣ ਬਣ ਗਏ ਸੀ। ਤੁਹਾਡੇ ਹਾਲਾਤ ਕਿੰਨੇ ਦਿਨ ਪਹਿਲੇ ਬਦਲੇ ਬਈ? ਅੱਖਾਂ ਕਿੰਨੇ ਦਿਨ ਪਹਿਲੇ ਪਰਤ ਗਈਆਂ ਉੱਥੋਂ ਦੇ ਲੋਕਾਂ ਦੀਆਂ? ਬਸ ਉੱਧਰੋਂ ਐਲਾਨ ਹੋਇਆ, ਬਲਕਿ ਐਲਾਨ ਹੋਣ ਤੋਂ ਕੁਛ ਮਹੀਨੇ ਪਹਿਲਾਂ ਹੀ ਇੱਕ ਕਿਸਮ ਦਾ ਦਿਲਾਂ 'ਚ ਫਤੂਰ ਆ ਗਿਆ ਸੀ। ਅੱਛਾ, ਫਤੂਰ ਲੀਡਰਾਂ ਨੇ ਪਾਇਆ ਸੀ। ਹਾਂ, ਉਹ ਕਿੱਦਾਂ? ਬਈ ਇਹ ਇਹ ਜਿਹੜੇ ਮੁਸਲਮਾਨ ਹੈ ਇਹ ਅਰਬ 'ਚ ਆਏ ਹੋਏ ਆ, ਇਹ ਅਰਬ 'ਚ ਜਾਣੇ ਚਾਹੀਦੇ ਆ। ਅੱਛਾ, ਇਹ ਗੱਲ ਹੋਣ ਲੱਗ ਪਈ? ਹਾਂ, ਇਹ ਹੋਣ ਲੱਗ ਪਈ ਸੀ। ਤੁਹਾਡੇ ਕੰਨਾਂ ਤੱਕ ਵੀ ਅੱਪੜੀ? ਅਸੀਂ ਬਸ ਵੱਡੇ ਗੱਲਾਂ ਕਰਦੇ ਸੀ, ਅਸੀਂ ਸੁਣਦੇ ਸੀ। ਅੱਛਾ, ਫਿਰ ਮਾਹੌਲ ਬਦਲ ਗਿਆ। ਹਾਂਜੀ, ਫਿਰ ਉਸ ਤੋਂ ਬਾਅਦ ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆ? ਐਲਾਨ ਹੋ ਗਿਆ ਜੀ। ਉਸ ਤੋਂ ਅਗਲੀ ਗੱਲ ਸੁਣਾਓ ਫਿਰ, ਕੀ ਹੋਇਆ ਉਸ ਤੋਂ ਬਾਅਦ? ਇਹ ਹੋਇਆ ਕਿ ਤੁਹਾਨੂੰ ਮੈਂ ਆਪਣੀ ਪ੍ਰੋਪਰ ਸੁਣਾਉਂਦਾ। ਹਾਂਜੀ, ਆਪਦੀ, ਤੁਹਾਡੀ, ਅਸੀਂ ਸੁਣਨਾ ਵੀ ਤੁਹਾਡੀ ਆਪ ਬੀਤੀ ਚਾਹੁੰਦੇ ਹਾਂ। ਉਹ ਇਹ ਹੋਇਆ ਕਿ ਜਿਸ ਵਕਤ 14 ਅਗਸਤ 1947 27 ਰਮਦਾਨ ਮੁਬਾਰਕ ਸੀ। ਹਾਂ ਹਾਂ, ਅਸੀਂ 27ਵੀਂ ਰਾਤ ਵਾਸਤੇ
तैयारी कर रहे थे तो उस दिन ऐलान होया वा ठीक है कि जी पाकिस्तान बन गया। उस तो बाद असी गमी भी बनाई भी साडा इलाका निकल गया साडे इत्थों हुण असी इत्थे रहना नहीं हुण सानूं इत्थों जाना पैणा। ठीक है दो दिन तो बाद मैनूं चंगी तरह याद है कि तीन दिन बाद ईद सीगी। अच्छा 17 अगस्त नूं हाँ ईद असी इस हिसाब नाल पढ़ी कि अद्धे ने पढ़ के तो चौकी तरह किया अद्धे शहर ने एक टाइम पढ़ी एक ने एक टाइम पढ़ी। उस तो बाद साढ़े इलाके च एक मौलवी साहब होए सी मौलवी असगर साहब वो बड़े अच्छे आलमे दीन सी वो बेचारे आ रहे थे और टांडे के नाल एक पिंड सीगा उत्थे दे रहण वाले सी दो कबीले उत्ते उहदा नाम सी सल्ला तलवंडी। साढ़े जी एक दोस्त आ हाजी सदीक साहब वो बैंक च अफसर रहे आ उस नाना सी जी वो मौलवी साहब जिहड़े शहीद होए ना वो मौलवी सदीक साहब दे नाना सी मौलवी असगर साहब बस वो शहीद होने तो बाद फिर साढ़े इलाके मजीद टेंशन पैदा हो गई अखीर फिर सानू उतों निकलना पिया। उन्होंने कितने कल्या आंदे आ रहे सी ते उते 5-7 बंदे सी जिन्होंने उन्होंने शहीद करता। अच्छा उस समय तो इलाके टेंशन फैल गई टेंशन बहुत ही फैल गई। तीसरे चौथे दिन बाद असीं फिर और ये सी कि नाम ला दे जिहड़े सी ना कांग्रेसी ये जिहड़े कस्बे वगैरह सी उत्थे इश्तहार सिट दिंदे सी कि इन्नी देर दे अंदर तुसीं शहर नहीं खाली कीता तां असीं तुहाडा कतलेआम कर दांगे। ਤੁਹਾਡੇ ਟਾਂਡੇ ਵਿੱਚ ਵੀ ਇਸ ਤਰ੍ਹਾਂ ਦੇ ਇਸ਼ਤਿਹਾਰ ਸੱਟੇ ਗਏ ਸੱਟੇ ਗਏ ਸੀਗੇ। ਉਸ ਤੋਂ ਬਾਅਦ ਦੂਸਰੇ ਦਿਨ ਅਸੀਂ ਫਿਰ ਚੱਲ ਪਏ। ਕਿੰਨੇ ਵਜੇ ਘਰੋਂ ਨਿਕਲੇ ਸੀ? ਅਸੀਂ ਮੀਂਹ ਪੈਂਦੇ ਜੀ ਨਿਕਲੇ ਸੀ ਜੀ ਬਾਰਿਸ਼ ਹੋ ਰਹੀ ਆ ਦੜਾ ਦੜਾ ਅਸੀਂ ਖਾਲੀ ਚੱਲੇ। ਟਾਈਮ ਕੀ ਸੀ? ਸੁਬਹਾ 4-5 ਵਜੇ ਸੁਬਹਾ 4-5 ਵਜੇ ਅਜ਼ਾਨਾਂ ਦੇ ਟਾਈਮ ਔਰ ਇੱਧਰ ਸਿੱਖ ਕਿਰਪਾਨਾਂ ਇੱਧਰ ਹੋਰ ਲੈ ਕੇ ਖੜੇ ਸੀ। ਅੱਛਾ ਟਾਂਡੇ ਨਾਲ ਇੱਕ ਪਹਾੜੀ ਨਾਲਾ ਚੱਲਦਾ ਸੀ ਹਾਂ ਉਹਨੂੰ ਕਹਿੰਦੇ ਸੀ ਬੈਂ ਔਰ ਉਹ ਉੱਤੋਂ ਯਾਨੀ ਪਹਾੜੀ ਇਲਾਕਾ ਸੀ ਜਿਹੜਾ ਟਾਂਡੇ ਟੁੱਬਣ ਦਾ ਕੁਛ ਇਲਾਕਾ ਉੱਪਰ ਪਹਾੜ ਸੀਗਾ ਉੱਤੋਂ ਬਾਰਿਸ਼ਾਂ ਸਾਡੇ ਜ਼ਿਆਦਾ ਆਉਂਦੀਆਂ ਸੀ ਅਤੇ ਉਹ ਉਹਦੇ 'ਚ ਆ ਜਾਂਦਾ ਸੀਗਾ ਇੱਕ ਕਿਸਮ ਦਾ ਸੈਲਾਬ ਆ ਜਾਂਦਾ ਸੀ ਹੜ ਆ ਜਾਂਦਾ ਸੀ ਅਤੇ ਅਸੀਂ ਉਹਦੇ ਇੰਤਜ਼ਾਰ 'ਚ ਪਾਣੀ ਗੁਜ਼ਰ ਗਿਆ ਹਲਕਾ ਹੋ ਗਿਆ ਫਿਰ ਅਸੀਂ ਉਹ ਪਾਰ ਕਰਕੇ ਅਤੇ ਫਿਰ ਦਿਹਾਤਾਂ 'ਚ ਹੋ ਗਏ ਕੋਈ ਕਿਸੇ ਦਿਹਾਤ ਚਲਾ ਗਿਆ ਕੋਈ ਕਿਸੇ ਦਿਹਾਤ ਚਲਾ ਗਿਆ ਕਿਸੇ ਦਿਹਾਤ ਟਾਂਡਾ ਖਾਲੀ ਕਰਤਾ ਟਾਂਡਾ ਖਾਲੀ ਕਰਤਾ ਉੜ ਮੁੜ ਵੀ ਇਸੇ ਤਰ੍ਹਾਂ ਖਾਲੀ ਹੋ ਗਿਆ ਹਾਂਜੀ ਸਿੱਖਾਂ ਨੇ ਲੋਟੋਮਾਰ ਕੀਤੀ ਲੋਕਾਂ ਦੀਆਂ ਮੱਝਾਂ ਲੈ ਗਏ ਜੋ ਕੋਈ ਉਹਦੇ ਹੱਥ ਲੱਗਾ ਲਾਇਆ ਕੋਈ ਤੁਸੀਂ ਘਰੋਂ ਕੋਈ ਆਪਣਾ ਸਮਾਨ ਚੁੱਕਿਆ ਸੀ? ਬਸ ਐਵੇਂ ਜ਼ਰੂਰੀ 2-4 ਸਮਝ ਲਓ ਬਿਸਰੇ ਬੁਸਰੇ ਜਾਂ ਜੋ ਵੀ ਸੀ ਉਹ ਲਿਆ ਲਈ ਲੇਕਿਨ ਉਹ ਰਾਹ 'ਚ ਉਹ ਵੀ ਰਹਿ ਗਿਆ ਸੀ ਨੰਗੇ ਬਦਨ ਅਸੀਂ ਆਏ ਸੀ ਕੱਪੜੇ ਫਟੇ ਹੋਏ ਸੀ ਜਿਸ ਵਿੱਚ ਪਾਕਿਸਤਾਨ 'ਚ ਆਏ ਆ। ਤੁਸੀਂ ਕਿਹੜੇ ਪਿੰਡ ਨੂੰ ਗਏ ਸੀ? ਅਸੀਂ ਦਰਅਸਲ ਮੇਰੇ ਦਾਦਾ ਦਾ ਜਿਹੜਾ ਯਾਰ ਸੀ ਨਾ ਠਾਕਰ ਸਿੰਘ ਖੱਖਾਂ ਵਾਲਾ ਉਹ ਸਾਨੂੰ ਆਪਣੇ ਘਰ ਲੈ ਗਿਆ ਉਸੇ ਸਵੇਰੇ ਸਵੇਰੇ ਹਾਂਜੀ ਸਵੇਰੇ ਸਵੇਰੇ। ਅੱਛਾ ਬਲਕਿ ਅਸੀਂ ਇੱਕ ਸਾਈਡ 'ਤੇ ਜਾ ਰਹੇ ਤਾਂ ਉਹਨਾਂ ਨੇ ਆਵਾਜ਼ ਮਾਰੀ ਕਹਿੰਦਾ ਅਮੀਰ ਦੀਨਾ ਤੂੰ ਕਿਤੇ ਨਹੀਂ ਜਾਣਾ ਮੇਰੀ ਗੱਲ ਸੁਣ ਲੋਕ ਕੋਈ ਉੱਧਰ ਜਾ ਰਹੇ ਸੀ ਕੋਈ ਉੱਧਰ ਜਾ ਰਹੇ ਉਹ ਉੱਥੇ ਲੈ ਗਏ ਅਸੀਂ ਉੱਥੇ ਰਹੇ। ਤੁਹਾਨੂੰ ਠਾਕਰ ਸਿੰਘ ਨੇ ਕਿੰਨੇ ਦਿਨ ਆਪਣੇ ਘਰ ਰੱਖਿਆ? ਅਸੀਂ 10 ਦਿਨ ਰਹੇ ਉਹਦੇ ਘਰ। 10 ਦਿਨ ਦੀ ਰੋਟੀ ਟੁੱਕਰ ਹਰ ਚੀਜ਼ ਉਹ ਦਿੰਦਾ ਰਿਹਾ ਸਾਨੂੰ ਉਹਨੇ ਆਟਾ ਦੇ ਜਾਣਾ ਕਿਉਂਕਿ ਉੱਥੇ ਹੋਰ ਮੁਸਲਮਾਨ ਵੀ ਕਾਫੀ ਸੀਗੇ ਉਸ ਪਿੰਡ ਦੇ ਵਿੱਚ ਅਤੇ ਉਹ ਅਸੀਂ ਇਜਤਮਾਈ ਤੌਰ 'ਤੇ ਇੱਕ ਦੇਗ ਪਕਾ ਲੈਣੀ ਖਾਣਾ ਜਾਂ ਦੇਗ ਪਕਾ ਕੇ ਸਾਰੇ ਨੇ ਖਾ ਪੀ ਲੈਣਾ। ਉਹ ਕਿਸੇ ਘਰ ਵਿੱਚ ਰਹਿ ਰਹੇ ਸੀ ਤੁਸੀਂ? ਉਹਦੀ ਹਵੇਲੀ ਸੀਗੀ ਉਹਦੀ ਹਵੇਲੀ ਸੀ ਉਸ ਹਵੇਲੀ 'ਚ ਹੋਰ ਵੀ ਮੁਸਲਮਾਨ? ਹਾਂ ਹੋਰ ਵੀ ਮੁਸਲਮਾਨ ਉਹਦਾ ਯਾਰ ਸੱਜਣ ਮੁਸਲਮਾਨ ਕਾਫੀ ਸੀ ਉਹ ਬੰਦਾ ਯਾਨੀ ਮਿਲਣ ਗਿਲਣ ਵਾਲਾ ਬੰਦਾ ਸੀ। ਮਿਲਣ ਗਿਲਣ ਤੋਂ ਹਟ ਕੇ ਮੈਨੂੰ ਲੱਗਦਾ ਬੜਾ ਕੋ ਨਸਲੀ ਬੰਦਾ ਸੀ। ਹਾਂਜੀ ਅੱਛਾ ਬੰਦਾ ਸੀ ਜਿਹਨੇ ਉਸ ਭੈੜੇ ਵਕਤ ਦੇ ਵਿੱਚ ਵੀ ਸਾਡਾ ਸਾਥ ਦਿੱਤਾ ਜੀ ਸਾਥ ਦਿੱਤਾ ਮਜ਼ਲੂਮਾਂ ਦਾ ਔਰ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਸੀ ਔਰ ਅੱਜ ਵੇਖੋ 76 ਸਾਲਾਂ ਬਾਅਦ ਵੀ ਫੈਸਲਾਬਾਦ ਲੈਲਪੁਰ ਦੇ ਮੁਹੱਲੇ ਸਮਨਾਬਾਦ ਵਿੱਚ ਬੈਠੇ ਇੱਕ ਬਜ਼ੁਰਗ ਜਿਹੜੇ ਨੇ ਉਹਨੂੰ ਯਾਦ ਕਰ ਰਹੇ ਨੇ ਜੀ ਬਿਲਕੁਲ ਕਰ ਰਹੇ ਨੇ ਠੀਕ ਹੈ ਉਹਨੂੰ ਸਲਿਊਟ ਪੇਸ਼ ਕਰ ਰਹੇ ਨੇ ਔਰ ਇਹ ਉਸ ਨਸਲੀ ਬੰਦੇ ਦੇ ਜਿਹੜੇ ਕੋ ਅਗਾਂ ਆਲ ਔਲਾਦ ਏ ਜਿਹੜੇ ਉਹਦੇ ਅਗਾਂ ਘਰ ਪਰਿਵਾਰ ਵਾਲੇ ਨੇ ਉਹਨਾਂ ਵਾਸਤੇ ਮੈਂ ਸਮਝਣਾ ਕਿ ਇੱਕ ਮੈਡਲ ਏ ਕਿ ਉਹਨਾਂ ਦੇ ਦਾਦੇ ਨੇ ਚੰਗਾ ਕੰਮ ਕੀਤਾ ਸੀ ਅੱਜ ਵੀ ਪਾਕਿਸਤਾਨ 'ਚ ਲੋਕ ਉਹਨੂੰ ਯਾਦ ਕਰਦੇ ਆ।
ਤੇ ਅੱਛਾ ਉਹਨੇ 10 ਦਿਨ ਇਸ ਤਰ੍ਹਾਂ ਖਿਦਮਤ ਸੇਵਾ ਕੀਤੀ ਤੁਹਾਡੀ। ਉਸ ਤੋਂ ਬਾਅਦ ਫਿਰ ਇੱਕ ਹੋਰ ਉਹਦੀ ਮੁਖਬਰੀ ਹੋ ਗਈ ਕਿ ਠਾਕਰ ਸਿੰਘ ਨੇ ਆਪਣੇ ਘਰ 'ਚ ਮੁਸਲਮਾਨਾਂ ਨੂੰ ਪਰਾਂ ਦਿੱਤੀ ਹੈ। ਅੱਛਾ। ਔਰ ਸਿੱਖ ਉਹਦੇ ਖਿਲਾਫ ਹੋ ਗਏ। ਅੱਛਾ। ਇਹਨਾਂ ਦੀ ਇੱਕ ਅਜਮਨ ਸੀ ਜਿਹੜੀ ਜਮੀਅਤ ਕਹਿ ਲਓ ਜਾਂ ਆਪਣਾ ਇੱਕ ਪਾਰਟੀ ਕਹਿ ਲਓ ਜਿਹੜੀ ਸਿੱਖ ਸੀ ਉਹ ਉਹਨਾਂ ਨੇ ਸ਼ਿਕਾਇਤ ਕੀਤੀ ਇਹਨਾਂ ਦੀ ਮਜਲਿਸ ਜਾ ਕੇ ਮਜਲਿਸ ਕਹਿ ਲਓ ਜਾਂ ਜੋ ਵੀ ਹੈ ਵੀ ਇਹਨੇ ਠਾਕਰ ਸਿੰਘ ਨੇ ਆਪਣੇ ਘਰ 'ਚ ਮੁਸਲਮਾਨਾਂ ਨੂੰ ਪਨਾਹ ਦਿੱਤੀ ਹੈ। ਅੱਛਾ ਜੀ। ਇਹ ਦੁਸ਼ਮਣ ਹੈ ਇੰਡੀਆ ਦਾ। ਉਹਨੇ ਇੱਕ ਬੰਦਾ ਉਹਦਾ ਆਇਆ ਖਾਸ ਕਹਿੰਦਾ ਠਾਕਰ ਸਿੰਘ ਇੱਥੋਂ ਆਪਣੀ ਹਵੇਲੀ 'ਚੋਂ ਮੁਸਲਮਾਨਾਂ ਨੂੰ ਪਹੁੰਚਾ ਦੇ ਰਹੀ ਅਤੇ ਮੁਸਲਮਾਨ ਸਾਰੇ ਕਤਲ ਹੋ ਜਾਣੇ ਆ। ਅੱਛਾ। ਇਹਨਾਂ 'ਤੇ ਮਨਸੂਬਾ ਬਣ ਗਿਆ ਇਹਨਾਂ ਨੂੰ ਕਤਲ ਕਰਨ ਦਾ ਨਾਲ ਠਾਕਰ ਸਿੰਘ ਨੂੰ ਵੀ ਕਤਲ ਕਰ ਦੇਣਾ ਅਤੇ ਉਹ ਫਿਰ ਨਾ ਮੀਂਹ ਪੈਂਦੇ 'ਚ ਫਿਰ ਅਸੀਂ ਕਰੋ ਉਸ ਘਰ 'ਚੋਂ ਵੀ ਮੀਂਹ ਪੈਂਦੇ 'ਚ ਨਿਕਲੇ ਰਾਤ ਨੂੰ 9-10 ਵਜੇ ਉਹਨੇ ਆ ਕੇ ਆਖਿਆ ਵੀ ਮੇਰੇ ਤੋਂ ਹੁਣ ਕੰਮ ਭਰ ਹੈ ਆ ਰਹਾ ਤੁਸੀਂ ਉਹਦੇ ਜਗ੍ਹਾ ਜਿੱਥੇ ਤੁਹਾਡਾ ਪੈਰ ਵਗਦੇ ਆ ਨਿਕਲ ਜਾਓ ਵੀ ਇੱਥੇ ਹਮਲਾ ਹੋਣ ਵਾਲਾ ਹਾਂ ਤੁਹਾਡੇ 'ਤੇ ਹਮਲਾ ਦੇਣਾ ਤੁਸੀਂ ਸਾਰੇ ਮਾਰੇ ਜਾਣੇ ਇਹ ਖੱਖਾਂ ਪਿੰਡ ਸੀ ਹਾਂ ਖੱਖਾਂ ਪਿੰਡ ਸੀ ਇਹ ਤੁਹਾਡੀ ਤੋਂ ਕਿੰਨੀ ਕੁ ਦੂਰ ਸੀ ਇਹ ਤੁਹਾਡੇ ਤੋਂ 2-2.5 ਮੀਲ ਸੀਗਾ ਇਹਦਾ ਨਾਂ ਖੱਖਾਂ ਸੀ ਜਾਂ ਕੱਕਾਂ ਸੀ ਖੱਖਾਂ 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 ਇੱਕ ਉਹਦੇ ਉਰਲੇ ਪਾਸੇ ਪਿੰਡ ਉਹਦਾ ਝਾਸਾ ਸੀ ਉਹ ਮੁਸਲਮਾਨਾਂ ਦਾ ਸੀ ਝਾਸਾਂ ਔਰ ਖੱਖਾਂ ਅੱਛਾ ਅੱਛਾ ਇਹ ਜਲੰਧਰ ਤੋਂ ਸੜਕ ਜਾਂਦੀ ਸੀ ਯਾਨੀ ਟਾਡੇ ਤੋਂ ਜਲੰਧਰ ਨੂੰ ਉਹਦੇ ਉੱਤੇ ਪਿੰਡ ਸੀਗੇ ਬਿਲਕੁਲ ਬਿਲਕੁਲ ਅੱਛਾ ਇਹ ਦੱਸੋ ਫਿਰ ਉਸ ਤੋਂ ਬਾਅਦ ਵਸਦੇ ਮੀਂਹ 'ਚ ਤੁਸੀਂ ਖੱਖਾਂ ਵੀ ਛੱਡਿਆ ਵੀ ਕਿੱਧਰ ਨੂੰ ਟੁਰੇ ਫਿਰ ਅਸੀਂ ਚਲੇ ਗਏ ਜੀ ਉਹ ਹਾਜੀ ਸਦੀਕ ਸਾਹਿਬ ਜਿਹੜੇ ਹੈ ਨਾ ਉਹਨਾਂ ਦਾ ਪਿੰਡ ਸੀਗਾ ਸੱਲਾ ਦੀ ਤਲਵੰਡੀ ਉੱਥੇ ਉਹ ਬਈ ਜਿਹੜੀ ਸੀ ਨਾ ਉਹ ਦਰਿਆ ਦਾ ਸ਼ਕਲ ਅਖਤਿਆਰ ਕਰ ਜਾਂਦੀ ਸੀ ਅਸੀਂ ਮੀਂਹ ਪੈਂਦੇ 'ਚ ਉਹਨਾਂ ਨੂੰ ਆਵਾਜ਼ਾਂ ਦਿੱਤੀਆਂ ਕੋਈ ਹੈਗਾ ਪਿੰਡ 'ਚ ਕੋਈ ਹੈਗਾ ਪਿੰਡ 'ਚ ਉਹ ਆਏ ਕਹਿੰਦੇ ਕੀ ਦੱਸੋ ਅਸੀਂ ਕਿਹਾ ਬੇੜੀ ਘੱਲੋ ਉਹ ਬੇੜੀ 'ਚ ਅਸੀਂ ਬੈਠ ਕੇ ਪਾਰ ਉਹ ਯਾਨੀ ਬਹੀਂ ਪਾਰ ਕੀਤੀ ਆ ਕਹਿਣ ਤੋਂ ਬਾਅਦ ਦਿਨ ਚੜ ਗਿਆ ਉਹਨਾਂ ਨੇ ਸਾਨੂੰ ਰੋਟੀਆਂ ਪਾਣੀ ਰੋਟੀ ਪਾਣੀ ਖਿਲਾਈ ਅਤੇ ਉਹ ਲੋਕ ਹਾਲੇ ਬੈਠੇ ਸੀ ਆਪਣੇ ਘਰਾਂ 'ਚ ਤਾਂ ਕਹਿੰਦਾ ਵੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਹਮਲਾ ਸਾਡੇ 'ਤੇ ਵੀ ਹੋ ਜਾਣਾ ਵਾ ਉੱਥੋਂ ਫਿਰ ਅਸੀਂ ਇੱਕ ਜਗ੍ਹਾ ਆਉਂਦੀ ਹੈ ਬੇਗੋਵਾਲ ਅਸੀਂ ਬੇਗੋਵਾਲ ਆ ਗਏ ਜੇ ਬੇਗੋਵਾਲ ਆਏ ਨਾ ਤਾਂ ਇਹ ਇੱਕ ਅਫਵਾਹ ਉਡਾਤੀ ਸੀਗੀ ਕਿ ਇਹ ਰਿਆਸਤ ਕਪੂਰਥਲੇ ਦੀ ਹਦੂਦ ਆ ਜਿਹੜਾ ਬੇਗੋਵਾਲ ਆ ਨਾ ਰਿਆਸਤ ਕਪੂਰਥਲਾ ਰਿਆਸਤ ਕਪੂਰਥਲਾ ਇੱਕ ਰਾਜੇ ਦੀ ਰਿਆਸਤ ਸੀਗੀ ਠੀਕ ਹੈ ਤਾਂ ਉਹਨੇ ਕਿਹਾ ਸੀ ਕਿ ਮੇਰੀ ਰਿਆਸਤ 'ਚ ਮੁਸਲਮਾਨ ਨਹੀਂ ਜਾਣਗੇ ਉਹ ਇੰਡੀਆ 'ਚ ਹੀ ਰਹਿਣਗੇ ਉਸ ਤੋਂ ਕੁਛ ਦਿਨ ਬਾਅਦ ਉਹਨਾਂ ਨੂੰ ਅਤੇ ਦਬਾਅ ਆ ਗਿਆ ਉਹਨੂੰ ਵੀ ਵਿਚਾਰੇ ਨੂੰ ਮਜਬੂਰ ਉਹਨੇ ਵੀ ਐਲਾਨ ਕੀਤਾ ਵੀ ਮੁਸਲਮਾਨ ਤੁਸੀਂ ਮੇਰੇ ਇਲਾਕੇ 'ਚੋਂ ਨਿਕਲ ਜਾਓ ਆਪਣੀ ਜਾਨ ਬਚਾਓ ਉਸ ਤੋਂ ਬਾਅਦ ਫਿਰ ਅਸੀਂ ਜੀ ਆ ਗਏ ਇੱਕ ਹੋਰ ਜਗ੍ਹਾ ਕੋਈ ਮਿਲਟਰੀ ਕੋਈ ਸਿਕਿਉਰਿਟੀ ਨਹੀਂ ਸੀ ਕੋਈ ਲੈਣਾ ਨਹੀਂ ਸੀ ਕੋਈ ਦੇਣਾ ਨਹੀਂ ਸੀ ਅਸੀਂ 8-10 ਪਿੰਡ ਇਕੱਠੇ ਹੋ ਕੇ ਇੱਕ ਆਪਣੇ ਤੌਰ 'ਤੇ ਕੈਂਪ ਬਣਾ ਲਿਆ ਉਹ ਕੈਂਪ ਦੇ ਵਿੱਚ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਕੋਈ ਡੰਗਰ ਲਿਆ ਕੋਈ ਹੋਰ ਲਿਆ ਕੇ ਜਵਾ ਕਰ ਕਰਕੇ ਅਸੀਂ ਆਪਣਾ ਗੁਜ਼ਾਰਾ ਕਰਦੇ ਰਹੇ ਅੱਛਾ ਜੀ 10-12 ਦਿਨ ਅਸੀਂ ਉਸ ਜਗ੍ਹਾ 'ਤੇ ਰਹੇ ਹਾਂ ਅਤੇ ਕੋਈ ਮਿਲਟਰੀ ਨਹੀਂ ਸੀ ਪਾਕਿਸਤਾਨ ਦੀ ਕੋਈ ਅਲਬਤਾ ਸਿੱਖ ਸਾਡੇ 'ਤੇ ਹਮਲਾ ਕਰਦੇ ਰਹੇ ਬਹੁਤ ਸਾਰੇ ਸਾਡੇ ਕੈਂਪ ਦੇ ਬੰਦੇ ਜਿਹੜੇ ਸੀ ਬੈਠੇ ਸੀ ਉਹ ਉਹਨਾਂ ਨੇ ਮਾਰ ਦਿੱਤੇ ਸੀ ਸਿੱਖਾਂ ਨੇ ਕੈਂਪ 'ਚ ਬੈਠਿਆਂ ਨੂੰ ਵੀ ਸਾਨੂੰ ਮਾਰਿਆ ਆ ਕੇ ਉਹ ਕੈਂਪ ਤੁਸੀਂ ਕਿਸ ਜਗ੍ਹਾ ਲਾਇਆ ਸੀ ਉਹਦਾ ਨਾਂ ਸੀਗਾ ਕਡਾਣੀ ਕਡਾਣਾ ਕਡਾਣਾ ਪਿੰਡ ਦਾ ਨਾਂ ਸੀ ਕਡਾਣਾ ਕਡਾਣੀ ਦੋ ਪਿੰਡ ਸੀ ਉਹਦੇ ਦਰਮਿਆਨ 'ਚ ਬਹਿ ਗਏ ਸੀ ਅੱਗੇ ਉਹ ਯਾਨੀ ਅਹਿਮਦਾਬਾਦ ਜ਼ਿਲ੍ਹਾ ਜਲੰਧਰ ਦਾ ਇਲਾਕਾ ਆ ਜਾਂਦਾ ਉਸ ਤੋਂ ਬਾਅਦ ਫਿਰ ਅਸੀਂ ਕੁਛ ਦਿਨ ਉੱਥੇ ਰਹੇ ਅਤੇ ਫਿਰ ਅਸੀਂ ਆ ਗਏ ਇੱਕ ਜਗ੍ਹਾ ਉਹਦੀ ਆ ਜੀ ਟੀ ਰੋਡ ਜਿਹੜੀ ਦਿੱਲੀ ਵਾਲੀ ਜੀ ਟੀ ਰੋਡ ਆ ਅੱਛਾ ਜਿੱਥੇ ਤੁਸੀਂ ਬੈਠੇ ਸੀ ਉੱਥੇ ਹਮਲਾ ਵੀ ਤੁਹਾਡੇ 'ਤੇ ਹੋਇਆ ਹਾਂਜੀ ਸਾਡੇ 'ਤੇ ਹਮਲਾ ਕਈ ਸਾਡੇ ਭੈਣਾਂ ਭਰਾ ਸਾਡੇ ਬਾਰੇ ਗਏ ਉਸ ਜਗ੍ਹਾ 'ਤੇ ਹਾਂਜੀ ਉਹ ਹਮਲਾ ਕਰਨ ਵਾਲੇ ਕੀ ਆਮ ਲੋਕ ਸੀ ਸਿੱਖ ਪਿੰਡਾਂ ਦੇ ਸਿੱਖ ਪਿੰਡਾਂ ਦੇ ਸਿੱਖ ਅੱਛਾ ਫਿਰ ਉਸ ਜਗ੍ਹਾ 'ਤੇ ਫਿਰ ਹਮਲਾ ਕੀਤਾ ਉਹ ਉੱਥੇ ਕਿੰਨੀ ਕੁ ਦੁਨੀਆ ਬੈਠੀ ਸੀ ਜਿਸ ਜਗ੍ਹਾ ਹਮਲਾ ਹੋਇਆ ਉਹ ਕਾਫੀ ਬੰਦੇ ਯਾਨੀ ਤਕਰੀਬਨ 200-300 ਬੰਦਾ ਸ਼ਹੀਦ ਹੋ ਗਿਆ ਸੀ 200-300 ਬੰਦਾ ਸ਼ਹੀਦ ਹੋ ਗਿਆ ਹਾਂਜੀ ਇਹਦਾ ਮਤਲਬ ਕਈ ਪਿੰਡਾਂ ਦੇ ਲੋਕ ਉੱਥੇ ਬੈਠੇ ਸੀ 10-12 ਪਿੰਡਾਂ ਦੇ ਲੋਕ ਸੀ ਅਸੀਂ ਬੈਠੇ ਫਿਰ ਉਹ ਹਮਲਾ ਰੁਕਿਆ ਕਿਵੇਂ ਫਿਰ ਮੁਸਲਮਾਨਾਂ ਨੇ ਮੁਕਾਬਲਾ ਕੀਤਾ ਫਿਰ ਉਹਨਾਂ ਨੂੰ ਭਜਾ ਦਿੱਤਾ ਅੱਛਾ ਜਿੱਥੇ ਜਿੱਥੇ ਮੁਸਲਮਾਨਾਂ ਦੀ
हिम्मत सी या उन्होंने जोर पैदा सी तो असी इन्हों सिखा का मुकाबला भी किया साढ़े वड्डियां ने क्योंकि इससे बच्चे से हो सकते। अच्छा फिर उस तो पहले सर उन्होंने एक होर किया कि साढ़े को जड़े हथियार से जिसे असं अपने शहर बैठे से बस सब्जी कट्टी छुरी तक साढ़े को लैनी सी कि लई सी पुलिस ने लैनी सी कि केंद्र से आके भाई तुम हथियार जमा कराओ बर्शियाँ कौड़े ये अपना होंगे नी दातर ये वो ये साढ़े को ये सारे लै लिया से पाकिस्तान बनने तो पहले की गल है उधर ऐलान होया उधर साढ़े को लै लिया से सानू निहत्या किया उन्होंने। अच्छा उस तो बाद उस जगह हमला होया और फिर वो 300 मुसलमान शहीद हो गया फिर भज गए वो पिछले होर कम मुसलमान भी आ गई है ना फिर वो चले गए। ठीक है जिते मुसलमान जोर से ना उत्थे असीं मुकाबला किया साढ़े वड्डियां ने वो हमला दिन दे टाइम होया सी दिन दे टाइम होया सी। अच्छा उस हमले तो बाद फिर जिहड़ियां लाशां सी की वो दफनाइयां गईयां उत्थे बस फिर एक मतलब इज्तमाई कब्र बना के तो उस बाद जी अगली बाद जनाब फिर असीं आ गए जी टी रोड उत्ते जी टी रोड जिहड़ी कि दिल्ली लाहौर अमृतसर अंबाला पटियाले दरमियान जा रही सी इत्थे फिर असीं आ गए इत्थों आके फिर एक जगह आती है उन्होंने कहते हैं सुबानपुर वो दरिया ब्यास तो पिछे आ एक दिन असीं दो दिन उत्थे रहे कैंप सड़क पर बैठे रहे मीह पैंदा रहा बारिश बहुत हुई उस साल। अच्छा जी ते उस तों बाद सर फिर असीं आ गए दरिया ब्यास पार किया दरिया ब्यास जल्दी पार किया रखन तो बाद ते बारिश हुई है तीन दिन मुतवातर। अच्छा जी कोई शेल्टर नहीं कोई पनाह नहीं कोई कैंप नहीं कोई तंबू नहीं पहले तंबू तुबू ला लेते सी अपने गुजर वास्ते कर लेते सी। अच्छा लेकिन तीन जो गला के कपड़े से वह भी गल गए। अच्छा बस उस तो बाद फिर उत्थे भी साढ़े ते हमला होया हाँ जी मेरे अब्बा जी उत्थे शहीद हो गए एक वे वाल साहब भी शहीद हो गए। हाँ जी वो दरिया दरिया ब्यास का किनारा किनारा सी उल्ला किनारा यानी पाकिस्तान दे पासे उत्थे भी हो गए फुफियां साड़ियां सी दो दो शहीद हो गई चाचे सीगे उत्थे बहुत बंदे शहीद होए जिहड़े तुहाडे वालद साहब सी जिस वेले शहीद होए तुसीं देख रहे सी उहनां नूं। हाँ जी उत्थे वो असल उन्होंने सुबह के टाइम हमला किया यानी अपना जिन्होंने अपना रवाला कहने या नेर को पकड़ चानण होने तो अद्धा घंटा पहले अद्धा पौ पौना घंटा पहले। अच्छा बस फिर फूदों खून से वो लड़ाई यानी गोलियां मारिया सी मिलिट्री ने यानी मिलिट्री आम मासूम मुसलमान जिहड़े हिजरत कर रहे सी उन्हां नूं वी मारन दे विच मिलिट्री सी डोगरा मिलिट्री। अच्छा डोगरा मिलिट्री है तो इंडियन आर्मी सी हाँ हाँ वो मार दी सी। अच्छा तुहाडे वालद साहब नूं वी उन्हां ने शहीद किया और घर दे बाकी जीआं नूं वी कईआं नूं कई साडे ताए सी फुफियां सी चाचे सी बस उस तों बाद असीं हौली हौली और जुल्म करते रहे ये पैदल जा रहे अस सड़क से उठो बस बैठो कोई खुराक कोई पानी कोई शह भुखे दो दो तीन तीन दिन दरख्तों के पत्ते तक खाते उस तो बाद किदा फिर दे ब्यास से जो हमला होया वो किदा रुकया अपने आप ही वो आप ही लोग भज गए को किसी पास अपन जाना बचाइया तो वो भज खुश होते पे से जो मारने वाले से खुश होते पे से अच्छा उस तो बाद फिर असं पैदल ही आए हैं पाकिस्तान तक यानी घर तो चल के तो लाहौर वाल्टर कैंप तक पैदल ही आए हैं कोई उत्थे फिर असी कुछ दिन रहे हैं लाहौर वाल्टर कैंप इतवाक मेरी नानी सी ओ, ते मेरा खालू एक उन्होंने सर्विस मिल गई वो फौजी से उकाड़े मिलिट्री डेयर फार्म ठीक है
ਉੱਥੇ ਰਹੇ। ਉਸ ਤੋਂ ਬਾਅਦ ਕਿਉਂਕਿ ਸਾਡੇ ਬਾਰੇ 'ਚ ਤਾਂ ਇਹ ਗੱਲ ਉਹਨਾਂ ਤੱਕ ਪਹੁੰਚ ਗਈ ਸੀ ਕਿ ਟਾਂਡੇ ਉੜਮੁੜ ਦੇ ਇਲਾਕੇ ਦੇ ਬੰਦੇ ਨਹੀਂ ਬਚੇ, ਟਾਂਡੇ ਉੜਮੁੜ ਦੇ ਇਲਾਕੇ ਦੇ ਮੁਸਲਮਾਨ ਬਹੁਤ ਘੱਟ ਬਚੇ। ਅੱਛਾ। ਉਹ ਫਿਰ ਸਾਡੀ ਨਾਨੀ ਨੇ ਸਾਨੂੰ ਕੈਂਪ 'ਚ ਤਲਾਸ਼ ਕੀਤਾ। ਹਾਂ। ਅਤੇ ਅਸੀਂ ਸਾਨੂੰ ਉਕਾੜੇ ਲੈ ਗਏ। ਤੁਹਾਡੀ ਵਾਲਦਾ ਵਾਲਦਾ ਵੀ ਹਯਾਤ ਸੀਗੀ, ਬਚ ਗਈ ਸੀ, ਉਹ ਬਚ ਗਈ ਸੀ। ਇੱਕ ਭੈਣ ਬਚ ਗਈ ਸੀ, ਇੱਕ ਭਾਈ ਅਸੀਂ ਬਚ ਗਏ ਸੀ। ਤੁਹਾਡੇ ਭੈਣ ਭਾਈ ਵੀ ਕੋਈ ਸ਼ਹੀਦ ਹੋਏ ਨੇ? ਇੱਕ ਭੈਣ ਸ਼ਹੀਦ ਹੋ ਗਈ ਸੀ ਉੱਥੇ, ਇੱਕ ਮੇਰੀ ਤਾਇਆਜ਼ਾਦ ਭੈਣ ਫੌਤ ਹੋ ਗਈ, ਸ਼ਹੀਦ ਹੋ ਗਈ ਸੀ। ਫੁੱਫੀਆਂ ਹੋ ਗਈ ਅਸੀਂ ਸ਼ਹੀਦ, ਹੋਰ ਕਾਫੀ ਅੱਗ ਸਾਕ, ਯਾਨੀ 70% ਲੋਕ ਜਿਹੜੇ ਨਾ ਉਹ ਪਾਕਿਸਤਾਨ 'ਚ ਨਹੀਂ ਆ ਸਕੇ ਤੁਹਾਡੇ ਉੜਮੁੜ ਟਾਂਡਾ ਦੇ। ਹਾਂਜੀ, ਬਲਕਿ ਉਸ ਇਲਾਕਾ ਜਿੱਦਾਂ ਵੀ ਸੀਗਾ, ਉੜਮੁੜ ਟਾਂਡਾ, ਬੇਗਵਾਟ, ਸਲਾਈ ਤਲਵੰਡੀ, ਬਾਹਲੇ ਇਹ ਫੌਜੀਆਂ ਨੇ ਸ਼ਹੀਦ ਕੀਤੇ ਸੀ, ਪਬਲਿਕ ਵੀ ਕਰਦੀ ਸੀ ਸ਼ਹੀਦ, ਫੌਜੀ ਵੀ ਕਰਦੇ ਸੀ। ਤੁਹਾਡੇ ਤੋਂ ਦੋ ਹਮਲੇ ਹੋਏ? ਦੋ ਤਿੰਨ ਹੋਏ ਸੀ। ਤਿੰਨ ਹੋਏ? ਹਾਂ। ਤੀਸਰਾ ਕਿੱਥੇ ਹੋਇਆ? ਯਾਨੀ ਤੀਸਰਾ ਬਾਬਾ ਉੱਥੇ ਹੀ ਹੋਇਆ ਸੀਗਾ। ਇੱਕ ਤਾਂ ਦਰਿਆ ਬਿਆਸ ਦੇ ਉਰਲੇ ਪਾਸੇ ਹੋਇਆ, ਬਿਆਸ ਹੋ ਗਿਆ, ਇੱਕ ਬਿਆਸ ਤੋਂ ਪਿੱਛੇ ਹੋਇਆ ਸੀਗਾ, ਉਹ ਇੱਦਾਂ ਦੇਸੀ ਸ਼ਹੀਦ ਜਿਹੜਾ ਕਿ ਇਹ ਸੀਗਾ, ਜਿਹੜਾ ਬਿਆਸ ਵਾਲਾ ਸੀ ਇਹ ਸ਼ਹੀਦ ਹੋਇਆ ਸੀ। ਜਿਹਦੇ ਤੁਹਾਡੇ ਵਾਲਦ ਸਾਹਿਬ ਵੀ ਸ਼ਹੀਦ ਹੋਏ, ਭੈਣ ਵੀ, ਕਈ ਹੋਰ ਚਾਚੇ ਤਾਏ ਫੁੱਫੀਆਂ, ਸਾਡੇ ਮਾਲੇਦਾਰ ਜਿਹੜੇ ਸੀ ਵਿਚਾਰੇ, ਜਿਹੜੇ ਸਾਡੇ ਸ਼ਹਿਰ ਦੇ ਸੀ, ਉਹ ਉੱਥੇ ਸ਼ਹੀਦ ਹੋ ਗਏ ਸੀ। ਉਸ ਤੋਂ ਬਾਅਦ ਤੁਹਾਡੀ ਨਾਨੀ ਤੁਹਾਨੂੰ ਲੈ ਗਈ ਉੱਥੇ? ਉਹ ਫਿਰ ਅਸੀਂ ਉਕਾੜੇ 'ਚ ਲੈ ਗਿਆ ਜੀ। ਅੱਛਾ, ਫਿਰ ਇੱਕ ਡਾਊਟ ਵੀ ਰਿਹਾ ਕਿ ਮੇਰੇ ਅੱਬਾ ਜੀ ਉਸ ਹਯਾਤ ਵਾ, ਉਹ ਬਚ ਗਏ, ਲੇਕਿਨ ਨਹੀਂ। ਤੁਸੀਂ ਉਹਨਾਂ ਦੀ ਲਾਸ਼ ਨਹੀਂ ਵੇਖੀ ਸੀ ਉੱਥੇ? ਯਾਨੀ ਇੰਨੀ ਭਗਦੜ ਪੈ ਗਈ, ਭਗਦੜ ਪੈ ਗਈ ਸੀ ਕਿ ਦੇਖਣ ਦਾ ਪਤਾ ਹੀ ਨਹੀਂ ਸੀ। ਕਈ ਜਿੱਦਾਂ ਹੋ ਕੇ ਵੀ ਜਿਹੜੇ ਜ਼ਖਮੀ ਜ਼ੁਖਮੀ ਸੀ ਉਹ ਵੀ ਵਿਚਾਰੇ ਮਰ ਗਏ। ਅੱਛਾ। ਉਸ ਤੋਂ ਬਾਅਦ ਫਿਰ ਅਸੀਂ ਕਿੰਨਾ ਅਸੀਂ ਤਫਾਇਲ, ਯਾਨੀ ਮੌਜੂਦਾ ਲੈਲਪੁਰ ਦੇ ਵਿੱਚ ਤਕਰੀਬਨ 1948 ਦਾ ਅਖੀਰ ਸੀਗਾ, ਉਸ ਅਸੀਂ ਇੱਥੇ ਉਕਾੜੇ ਤੋਂ ਫਿਰ ਅਸੀਂ ਲੈਲਪੁਰ ਆ ਗਏ। ਨਾਨੀ ਤਾਂ ਤੁਹਾਨੂੰ ਉਕਾੜੇ ਲੈ ਗਈ ਸੀ, ਲੈਲਪੁਰ ਆਉਣ ਦਾ ਕੀ ਜ਼ਰੀਆ ਬਣਿਆ? ਉਹ ਲੈਲਪੁਰ ਸਾਡਾ ਇਹ ਸੀ ਕਿ ਉਹ ਅਸੀਂ ਸਰਕਾਰੀ ਮੁਲਾਜ਼ਮਤ, ਉਹ ਕਹਿੰਦੇ ਸੀ ਕਿ ਸਾਡਾ ਦੇਹ ਨੇੜਾ ਬਣਿਆ, ਕਿਉਂਕਿ ਸਾਡੇ ਬਹੁਤੇ ਸਾਰੇ ਅਜ਼ੀਜ਼ੋ ਕਾਰ ਉਹ ਫੈਸਲਾਬਾਦ 'ਚ ਸੀ ਰਹਿੰਦੇ, ਕੁਛ ਇੱਥੇ ਆ ਕੇ ਸੈਟਲ ਹੋ ਗਏ। ਹਾਂ, ਕੁਛ ਇੱਥੇ ਆ ਕੇ ਸੈਟਲ ਹੋ ਗਏ। ਅਸੀਂ ਦੋ ਤਿੰਨ ਘਰ ਸੀ ਉਕਾੜੇ 'ਚ। ਹਾਂ। ਨਾਲ ਸਾਡਾ ਦੇਹ ਨਹੀਂ ਸੀ ਕਿ ਅਸੀਂ ਇੱਥੇ ਨਹੀਂ ਰਹਿਣਾ, ਕਿਉਂਕਿ ਸਰਕਾਰੀ ਜੋਬ ਆ, ਇਹ ਹੋ ਸਕਦਾ ਕੋਈ। ਨਾਲੇ ਦੂਸਰੀ ਬਾਤ, ਅਫਰਾ ਤਫਰੀ ਤਾਂ ਪਈ ਸੀਗੀ ਉਸ ਵਕਤ, ਇੱਥੇ ਆ ਕੇ ਵੀ ਅਫਰਾ ਤਫਰੀ ਰਹੀ ਹੈ। ਉੱਥੋਂ ਵੀ ਅਸੀਂ ਇੱਥੇ ਆਏ ਲੈਲਪੁਰ ਆ ਗਏ। 1949 'ਚ ਮੈਂ ਫਿਰ ਪਾਕਿਸਤਾਨ ਮਾਡਲ ਹਾਈ ਸਕੂਲ, ਇੱਥੇ ਸਕੂਲ ਹੈ, ਉੱਥੇ ਫਿਰ ਮੈਂ ਤੀਸਰੀ ਜਮਾਤ 'ਚ ਦਾਖਲ ਹੋਇਆ। ਅੱਛਾ। ਉਸ ਤੋਂ ਬਾਅਦ ਫਿਰ 57 'ਚ ਮੈਟ੍ਰਿਕ ਕੀਤਾ, ਕਰਨ ਤੋਂ ਬਾਅਦ ਫਿਰ ਬਿਜਲੀ ਦਾ ਕੰਮ ਸਿੱਖਿਆ, ਅਫਸਰੀ ਵੀ ਕੀਤੀ, ਫੋਰਮੈਨੀ ਵੀ ਕੀਤੀ। ਉਸ ਤੋਂ ਬਾਅਦ ਫਿਰ ਲੋਕਾਂ ਨੂੰ ਟ੍ਰੇਨਿੰਗ ਵੀ ਦਿੱਤੀ? ਹਾਂ, ਲੋਕਾਂ ਨੂੰ, ਕਿਉਂਕਿ ਸਾਡੇ ਕੋਲ ਟ੍ਰੇਨਿੰਗ ਵਾਸਤੇ ਵੱਧਾ ਹੀ ਹੈ ਨਹੀਂ ਸੀ। ਅੱਛਾ। ਹਾਂਜੀ, ਇੱਕ ਦੂਸਰੇ ਕੋਲ ਕੰਮ ਸਿੱਖ ਕੇ ਇੱਕ ਦੂਸਰੇ ਨੂੰ ਸਿਖਾਇਆ, ਕਿਉਂਕਿ ਜਿਹੜੀ ਸਾਡੇ ਸਦਤ ਜਾਂ ਟੈਕਸਟਾਈਲ ਸੀ ਜਾਂ ਟੈਕਨੀਕਲ ਕੰਮ, ਉਹ ਹੈ ਨਹੀਂ ਸੀਗੇ ਇਸ ਇਲਾਕੇ 'ਚ। ਸਿਰਫ ਇੱਕ ਵਾਹਦ ਦੋ ਮਿੱਲਾਂ ਸੀਗੀਆਂ ਜਿਹੜੀਆਂ ਪਾਕਿਸਤਾਨ ਦੇ ਸੀ ਆਈਆਂ ਸੀ, ਇੱਕ ਸਤਲੁਜ ਕਾਟਰ ਮਿੱਲ ਉਕਾੜਾ ਅਤੇ ਇੱਕ ਲੈਲਪੁਰ ਕਾਟਰ ਮਿੱਲ। ਬਿਲਕੁਲ ਹੀ ਨਹੀਂ, ਜਿਹਨੂੰ ਬਿਰਲਾ ਮਿੱਲ ਵੀ ਕਹਿੰਦੇ ਨੇ, ਬਿਰਲਾ ਮਿੱਲ ਜਿਹਨੂੰ ਕਹਿੰਦੇ ਨੇ, ਉਕਾੜਾ ਦੀ, ਉਕਾੜਾ, ਉਹ ਤਾਂ ਹੁਣ ਮੇਰੇ ਖਿਆਲ ਖਤਮ ਹੀ ਹੋ ਗਈ। ਖਤਮ ਹੋ ਗਈ। ਅੱਛਾ, ਇਹ ਦੱਸੋ। ਹਾਂਜੀ। ਮਾਸ਼ਾਅੱਲਾ, ਹੁਣ ਤੁਸੀਂ ਰਿਟਾਇਰਡ ਜ਼ਿੰਦਗੀ ਗੁਜ਼ਾਰ ਰਹੇ ਹੋ। ਹਾਂਜੀ। ਔਰ ਖੁਸ਼ ਆਪਣੇ ਘਰ ਵਿੱਚ। ਤੇ ਇਹ ਦੱਸੋ, ਕਦੇ ਉੜਮੁੜ ਟਾਂਡਾ ਯਾਦ ਆਇਆ ਬਾਅਦ 'ਚ? ਯਾਦ ਆਉਂਦਾ, ਕਈ ਵਾਰੀ ਆਇਆ, ਖਾਬ 'ਚ ਵੀ ਆਇਆ, ਖਾਬਾਂ 'ਚ ਵੀ ਆਇਆ। ਉਹ ਇੱਕ ਦੋ ਬੰਦੇ ਆਏ ਸੀਗੇ ਉੱਥੋਂ ਫਿਰ ਕੇ ਜਿਹੜੇ ਆਏ ਸੀ, ਉਹ ਕਹਿੰਦੇ ਸੀ ਕਿ ਤੁਸੀਂ ਹੁਣ ਅਗਰ ਜਾਓਗੇ ਨਾ ਤਾਂ ਤੁਸੀਂ ਟਾਂਡਾ ਨਹੀਂ ਪਛਾੜ ਸਕੋਗੇ। ਅੱਛਾ। ਉਹ ਟਾਂਡਾ ਤੁਸੀਂ ਛੱਡ ਕੇ ਆਏ ਸੀ, ਉਹ ਨਹੀਂ ਰਿਹਾ। ਹੁਣ ਉੱਥੇ ਡਿਵੈਲਪਮੈਂਟ ਹੋ ਗਈ ਆ, ਉਹਦੇ ਇਰਦ ਗਿਰਦ ਫੈਕਟਰੀਆਂ ਬਣ ਗਈਆਂ, ਰਾਈਸ ਮਿੱਲਾਂ ਬਣ ਗਈਆਂ, ਚੌਲਾਂ ਦੀਆਂ ਮਿੱਲਾਂ ਲੱਗ ਗਈਆਂ। ਅੱਛਾ ਜੀ। ਅਤੇ ਸੜਕਾਂ ਖੁੱਲ੍ਹੀਆਂ ਬਣ ਗਈਆਂ, ਮਕਾਨ, ਬਿਲਡਿੰਗਾਂ ਬਹੁਤ ਉੱਚੀਆਂ ਬਣ ਗਈਆਂ, ਪੁਰਾਣੇ ਮਕਾਨ ਟਾਇਟ ਹੋ ਗਏ। ਕੁਛ ਇਹ ਆ ਕਿ ਟਾਂਡੇ ਦੇ ਇਲਾਕੇ ਦੇ ਲੋਕ ਬਾਹਰ ਬਹੁਤ ਆ। ਹਾਂ। ਜਿਹੜੀ ਸਿੱਖ ਬਰਾਦਰੀ ਜਿਹੜੀ ਉਹ ਜ਼ਿਆਦਾ ਬਾਹਰ, ਕਨੇਡਾ ਜਾਂ ਕੋਈ ਕੋਈ ਬਰਤਾਨੀਆ ਜਾਂ ਕੋਈ ਕਿਸੇ, ਇਸ ਵਾਸਤੇ ਉਹ ਇਲਾਕਾ ਅਮੀਰ ਵਾ, ਅਮੀਰ ਹੋ ਗਿਆ। ਹਾਂ।
सर जी बहुत शुक्रिया तुहाडा, बड़ी मेहरबानी। तुसी अपनी एक कहानी सानू सुनाई और असी कोशिश की कि कैमरे की अख नाल इहनू महफूज करिए ते बाकी सारी दुनिया तक अपड़ाइए। माशाल्लाह जी, बहुत शुक्रिया। जीउंदे वसदे रहो, हसदे रहो, शाद रहो, आबाद रहो।